ਹੁਣ 15 to 20 ਬੰਦੇ ਤਾਂ ਮੇਰੀ ਨਿਗਾਹ 'ਚ ਆ ਜਿਹੜੇ ਕੰਮ ਕਰਦੇ ਪਏ ਆ, ਠੀਕ ਆ। ਜੇ ਹਿੰਮਤ ਆ ਆਪਾਂ ਤਾਂ 15-20 ਜਾਣੇ ਆ ਜਾਓ, ਇਕੱਲਾ ਖੜਾ ਆ ਜਿੱਥੇ ਮਰਜ਼ੀ। ਹਾਂਜੀ ਪ੍ਰਧਾਨ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਜਿਹੜੇ ਜਾਣੇ ਵੀਡੀਓ ਦੇਖਦੇ ਪਏ ਆ, ਸੋ ਪਹਿਲੀ ਤਾਂ ਗੱਲ ਮੈਂ ਇੱਕ ਤੁਹਾਨੂੰ ਅੱਜ ਵੀਡੀਓ 'ਚ ਦੱਸਦਾ ਵੀ ਅੱਜ ਕੋਈ ਬਲੌਗ ਨਹੀਂ ਹੈਗਾ, ਠੀਕ ਆ, ਨਾ ਕੋਈ ਘੁੰਮਦੇ ਫਿਰਦੇ ਦੀ ਵੀਡੀਓ। ਅੱਜ ਸਿਰਫ ਬੈਠ ਕੇ ਇੱਕ ਵੀਡੀਓ ਆ ਜਿਹੜੀ ਕਿ ਕੁਛ ਨਾ ਗੱਲਾਂ ਨੂੰ ਸਾਫ਼ ਕਰਨ ਲਈ ਆ, ਮਤਲਬ ਕੁਛ ਕੁ ਗੱਲਾਂ ਨਾ ਬਾਹਲੇ ਬੰਦਿਆਂ ਦੇ ਦਿਲਾਂ ਵਿੱਚ ਵੀ ਆ, ਤੁਹਾਡੇ ਦਿਲ 'ਚ ਵੀ ਆ, ਅਤੇ ਕਾਫ਼ੀ ਲੋਕਾਂ ਦੇ ਉਹਨਾਂ ਦੇ ਦਿਲ 'ਚ ਵੀ ਜਿਹੜਾ ਨੇ ਵੀਡੀਓ ਦੇਖਦੇ ਵੀ ਨਹੀਂ ਪਏ ਹੁਣ, ਪਰ ਉਹਨਾਂ ਦੇ ਨਾ ਅੰਦਰ ਨੈਗੇਟਿਵਿਟੀ ਭਰੀ ਹੋਈ ਆ। ਨੈਗੇਟਿਵਿਟੀ ਕਾਹਦੇ ਭਰੀ ਹੋਈ ਆ? ਉਹ ਭਰੀ ਹੋਈ ਆ ਬਲੌਗਰਾਂ ਲਈ, ਠੀਕ ਹੈ। ਜਿਹੜੇ ਬਲੌਗਰ ਹੁੰਦੇ ਨਾ, ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਇਹ ਜਿਹੜਾ ਕੰਮ ਚੱਲਿਆ ਸੀਗਾ ਨਾ ਬਲੌਗਰਾਂ ਵਾਲਾ ਜਾਂ ਕੋਈ ਵੀ, ਇਹ 2 ਸਾਲ ਪਹਿਲਾਂ ਚੱਲਿਆ ਸੀਗਾ। ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਵੀ ਆਏ ਸੀ ਯੂਟਿਊਬ 'ਤੇ। ਅੱਜ ਕੱਲ੍ਹ ਤਾਂ ਭੀੜ ਭੜੱਕਾ ਹੀ ਬਹੁਤ ਆ ਯੂਟਿਊਬ 'ਤੇ, ਕੁਛ ਨਹੀਂ ਪਤਾ ਲੱਗਦਾ ਉਦੋਂ ਨਾ, ਕੁਛ ਗਿਣਵੇਂ ਚੁਣਵੇਂ ਮੈਂ ਲੱਗਦਾ 4 ਜਾਂ 5 ਜਾਂ ਹੱਦ 10 ਕੁ ਬਲੌਗਰ ਕਹਿ ਸਕਦੇ ਹਾਂ, ਹੱਦ, ਇਸ ਤੋਂ ਵੱਧ ਕੁਛ ਨਹੀਂ ਸੀਗਾ। ਅਤੇ ਉਹ 10 ਬਲੌਗਰ ਵੀ ਇੱਦਾਂ ਦੇ ਸੀਗੇ ਜਿਹੜੀ ਹੈ ਨਾ ਬਿਲਕੁਲ ਸਿੰਪਲ ਵੀਡੀਓ ਬਣਾਉਂਦੇ ਸੀਗੇ, ਆਪਣੇ ਘਰ ਦੀ ਰੂਟੀਨ ਦਿਖਾਉਂਦੇ ਸੀਗੇ ਵੀ ਅਸੀਂ ਖੇਤਾਂ ਨੂੰ ਚੱਲ ਗਏ ਜਾਂ ਸਾਡੇ ਘਰ ਅੱਜ ਕੀ ਮਾਹੌਲ ਆ, ਠੀਕ ਆ। ਇਹ ਚੀਜ਼ਾਂ ਸੀਗੀਆਂ, ਚੀਜ਼ਾਂ ਗਲਤ ਨਹੀਂ ਹੁੰਦੀਆਂ, ਇਹ ਚੀਜ਼ਾਂ ਬਿਲਕੁਲ ਸਹੀ ਹੁੰਦੀਆਂ, ਕਿਉਂਕਿ ਹਰੇਕ ਦੇ ਘਰ ਦੀ ਲਾਈਫ ਇੱਦਾਂ ਦੀ ਹੁੰਦੀ ਹੈ। ਇਹ ਚੀਜ਼ ਇਹ ਵੀ ਸ਼ੋਅ ਕਰਦੀ ਹੈ ਵੀ ਜੇ ਕੋਈ ਸਟਾਰ ਬੰਦਾ ਆ, ਪਹਿਲੀ ਗੱਲ ਤਾਂ ਕੋਈ ਸਟਾਰ ਨਹੀਂ ਹੁੰਦਾ ਨਾ, ਤੁਹਾਨੂੰ ਅੱਗੇ ਵੀ ਪਤਾ ਦੱਸਿਆ ਮੈਂ ਵੀਡੀਓ ਦੇ ਵਿੱਚ ਵੀ, ਹਰ ਕੋਈ ਸਟਾਰ ਆ। ਸਟਾਰ ਲਾਈਫ ਮਤਲਬ ਇੱਦਾਂ ਨਾ, ਜਦੋਂ 4 ਕੁ ਫੋਲੋਅਰ ਵੱਧ ਜਾਂਦੇ ਆ ਫਿਰ ਬੰਦਾ ਆਪਣੇ ਨੂੰ ਹੋਰ ਥੋੜ੍ਹਾ ਵੱਡਾ ਸਟਾਰ ਸਮਝਣ ਲੱਗ ਜਾਂਦਾ, ਠੀਕ ਆ। ਉਹ 'ਚ ਅਸੀਂ ਵੀ ਆਉਂਦੇ ਹਾਂ, ਉਹ 'ਚ ਸਾਰੇ ਆਉਂਦੇ ਆ, ਮੈਂ ਤਾਂ ਆਪ ਕਹਿੰਦਾ ਹਾਂ, ਪਰ ਹੈ ਨਾ ਇੱਕ ਚੀਜ਼ ਹੁੰਦੀ, ਆਪਾਂ ਅੱਜ ਤੱਕ ਜਿੱਦਾਂ ਦੇ ਸੀ ਉੱਦਾਂ ਦੇ ਰਹੇ ਹਾਂ। ਉਸ ਟਾਈਮ ਗਿਣਵੇਂ ਚੁਣਵੇਂ ਬਲੌਗਰ ਇੱਦਾਂ ਦੇ ਸੀਗੇ ਜਿਨ੍ਹਾਂ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗਦੀ ਸੀ, ਮੈਂ ਆਪ ਵੀ ਦੇਖਦਾ ਸੀ ਅਤੇ ਬਾਕੀ ਵੀ ਲੋਕ ਇੰਨੇ ਕੁ ਜ਼ਿਆਦਾ ਦੇਖਦੇ ਸੀ, ਗੱਲਾਂ ਹੀ ਛੱਡ ਦਿਓ, ਠੀਕ ਆ। ਉਸ ਤੋਂ ਬਾਅਦ ਵਿੱਚ ਕੁਛ ਇੱਦਾਂ ਦੇ ਬਲੌਗਰ ਵਿੱਚ ਨਾ ਆਏ ਆ ਜਿਹੜੇ ਨਵੇਂ ਆਏ ਨੇ, ਜਿੰਨੇ ਵੀ ਉਹ ਗਿਣਵੇਂ ਚੁਣਵੇਂ ਬਲੌਗਰ ਸੀਗੇ ਉਸ ਟਾਈਮ, ਉਹ ਨਾ ਬਲੌਗਿੰਗ ਵਿੱਚ ਇਹ ਦਿਖਾਉਂਦੇ ਸੀਗੇ ਵੀ ਕਿੱਦਾਂ ਮਤਲਬ ਤੁਸੀਂ ਰਲ ਮਿਲ ਕੇ ਆਪਣੀ ਫੈਮਿਲੀ ਨਾਲ ਰਹਿੰਦੇ ਆ, ਵੀ ਉਹਦੇ ਨਾਲ ਸਾਡੇ ਵੱਲ ਦੇਖ ਕੇ ਜੇ ਕੋਈ ਘਰ ਦੇ ਵਿੱਚ ਕਿਸੇ ਦੇ ਗਲਤ ਮਾਹੌਲ ਵੀ ਆ, ਕੋਈ ਲੜਦਾ ਆਪਣੇ ਘਰ ਦੇ ਵਿੱਚ, ਕੋਈ ਨਸ਼ੇ ਕਰਦਾ, ਉਹ ਛੱਡ ਕੇ ਆਪਣੀ ਫੈਮਿਲੀ ਨਾਲ ਖੁਸ਼ ਰਹੂਗਾ, ਠੀਕ ਆ, ਉਹ ਚੀਜ਼ਾਂ ਦਿਖਾਉਂਦੇ ਸੀ। ਅਤੇ ਬਾਕੀ ਹੋਰ ਉਹਨਾਂ ਦਾ ਮੋਟਿਵ ਇਹ ਸੀਗਾ ਵੀ ਥੋੜ੍ਹਾ ਜਿਹਾ ਨਾਲੇ ਹੈ ਨਾ ਯੂਟਿਊਬ ਨੂੰ ਹੋਰ ਉੱਚਾ ਚੱਕੇ, ਕੋਈ ਪੰਜਾਬੀਆਂ ਨੂੰ ਵੀ ਜਾਣੇ, ਠੀਕ ਆ। ਇਹ ਨਹੀਂ ਸੀ ਰੌਲਾ ਵੀ ਸਾਨੂੰ ਲੋਕ ਐਂ ਕਰਨ, ਬੇਇੱਜ਼ਤੀ ਕਰਨ ਜਾਂ ਇੱਦਾਂ, ਉਹ ਸੀਗੇ ਪੰਜਾਬੀ ਜਿਹੜੀ ਯੂਨਿਟੀ ਆ ਥੋੜ੍ਹੀ ਜਿਹੀ ਹੋਰ ਉੱਤੇ ਆਵੇ, ਸਾਨੂੰ ਵੀ ਮੌਕਾ ਮਿਲੇ ਗੱਲ ਕਰਨ ਦਾ। ਅੱਜ ਅਸੀਂ ਕਿਸੇ ਸਟੈਂਡ 'ਤੇ ਤੁਰੇ ਹਾਂ, ਕਿਸੇ ਰਾਹ 'ਤੇ ਤੁਰੇ ਹਾਂ, ਸਾਨੂੰ 4 ਲੋਕ ਜਾਣ ਦਿਓਗੇ, ਅਸੀਂ ਕੋਈ ਗੱਲ ਆਪਣੀ ਵੀਡੀਓ 'ਚ ਕਹਾਂਗੇ, ਬੇਸ਼ੱਕ ਉਹ 'ਚੋਂ ਮੰਨਣ 2-4 ਦੇ ਵਿੱਚੋਂ, ਪਰ ਉਹ ਮੰਨੂਗੇ। ਇਹ ਚੀਜ਼ ਸੀਗੀ ਮੇਨ ਉਹਦਾ ਮੋਟਿਵ ਇਹ ਸੀਗਾ, ਠੀਕ ਆ। ਅਤੇ ਤੀਸਰੀ ਗੱਲ ਇਹ ਸੀਗੀ ਵੀ ਉਸ ਟਾਈਮ ਨਾ ਇਨਕਮ ਸੋਰਸ ਸੀਗਾ, ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਸ਼ਾਇਦ ਹੁਣ ਜੋਬਸ ਮਿਲੂਗੀਆਂ, ਪਰ ਉਸ ਟਾਈਮ 'ਚ 2 ਸਾਲ ਪਹਿਲਾਂ ਤੁਸੀਂ ਪਿੱਛੇ ਚੱਲ ਜਾਓ, ਕੋਈ ਜੋਬ ਨਹੀਂ ਸੀ, ਕੋਈ ਕੁਛ ਨਹੀਂ ਸੀ ਕਿਸੇ ਕੋਲ, ਮਤਲਬ ਉਸ ਟਾਈਮ ਇੱਕ ਨਾ ਇਨਕਮ ਸੋਰਸ ਸੀਗਾ। ਇਨਕਮ ਸੋਰਸ ਇੱਦਾਂ ਸੀ ਵੀ ਆਪਾਂ ਜੇ ਵੀਡੀਓ ਪਾਉਂਦੇ ਸੀਗੇ ਤਾਂ ਉਹਦੀ ਇੱਕ ਇਨਕਮ ਆਉਂਦੀ ਸੀ, ਉਹ ਇਨਕਮ ਦੇ ਨਾਲ ਅਸੀਂ ਹਰ ਕੋਈ ਬੰਦਾ ਨਾ ਲਾਈਫ 'ਚ ਕੰਮ ਤਾਂ ਹੀ ਕਰਦਾ ਜਿੱਥੋਂ ਥੋੜ੍ਹੀ ਜਿਹੀ ਇਨਕਮ ਹੋਵੇ, ਠੀਕ ਆ। ਚਲੋ ਇਹ ਸੀਗੇ ਉਹ ਟਾਈਮ ਦੇ ਬਲੌਗਰਾਂ ਦੀ ਗੱਲ, ਅਤੇ ਹੁਣ ਥੋੜ੍ਹਾ ਜਿਹਾ ਅੱਗੇ ਆਉਂਦੇ ਹਾਂ। ਅੱਗੇ ਆ ਗਿਆ 2020 ਆਇਆ, ਅਤੇ ਨਹੀਂ 2020 ਦੇ ਲਾਸਟ ਵਿੱਚ ਕੁਛ ਕੁ ਇੱਦਾਂ ਦੇ ਬਲੌਗਰ ਆਏ ਆ, ਬਲੌਗਰ ਕਾਫੀ ਬਲੌਗਰ ਆਏ, ਇੱਕ ਨਹੀਂ ਆਇਆ, ਅਤੇ ਉਹਨਾਂ ਵਿੱਚ ਕਾਫੀ ਬਲੌਗਰ ਇੱਦਾਂ ਦੇ ਆਏ ਜਿਨ੍ਹਾਂ ਦਾ ਹਜੇ ਤੱਕ ਵਿਆਹ ਵੀ ਨਹੀਂ ਹੋਇਆ ਸੀਗਾ, ਉਹਨੇ ਬਲੌਗਿੰਗ ਸ਼ੁਰੂ ਕਰ ਲਈ, ਠੀਕ ਆ। ਉਹਨੇ ਬਲੌਗਿੰਗ ਸ਼ੁਰੂ ਕੀਤੀ, ਅੱਜ ਵੀ ਇੱਦਾਂ ਕਰ ਰਹੇ ਆ ਕਾਫੀ ਜਣੇ, ਪਰ ਮੈਨੂੰ ਪਹਿਲਾਂ ਤੁਸੀਂ ਇਹ ਗੱਲ ਦੱਸੋ ਜਿਹੜੇ ਬਲੌਗਿੰਗ ਕਰ ਵੀ ਰਹੇ ਆ ਜਾਂ ਜਦ ਤੁਸੀਂ ਦੇਖਦੇ ਪਏ ਆ, ਰੱਬ ਨਾ ਕਰੇ ਅੱਜ ਇਹ ਬਲੌਗਿੰਗ ਕਰਦੇ ਪਏ ਇਕੱਠੇ ਸਾਰਾ ਕੁਛ ਇੱਕ ਦੂਜੇ ਬਾਰੇ ਦੱਸਦੇ ਪਏ ਆ ਜਾਂ ਕੋਈ ਵੀ ਚੱਕਰ ਆ, ਰੱਬ ਨਾ ਕਰੇ ਕੱਲ੍ਹ ਉਹਨਾਂ ਦਾ ਵਿਆਹ ਨਾ ਹੋਵੇ, ਕੋਈ ਵੀ ਗੱਲ ਹੋ ਜਾਵੇ, ਕਿਉਂਕਿ ਜਿਹੜੀ ਵਿਆਹ ਚੀਜ਼ ਆ ਨਾ ਇਹ ਕਹਿੰਦੇ ਹੁੰਦੇ ਵਿਆਹ ਤੋਂ 1 ਦਿਨ ਪਹਿਲਾਂ ਵੀ ਕੋਈ ਗੱਲ ਇੱਦਾਂ ਦੀ ਭਾਨੀ ਵੱਜ ਜਾਵੇ, ਕੋਈ ਇੱਦਾਂ ਦੀ ਗੱਲ ਹੋ ਜਾਵੇ ਤਾਂ ਵੀ ਟੁੱਟ ਜਾਂਦਾ, ਕੋਈ ਐਡਾ ਰੌਲਾ ਨਹੀਂ ਹੁੰਦਾ ਵੀ ਪਹਿਲੇ ਟੁੱਟਣਾ ਹੁੰਦਾ। ਪਰ ਅੱਜ ਕੱਲ੍ਹ ਤਾਂ ਜਦੋਂ ਕੋਈ ਗੱਲਬਾਤ ਹੁੰਦੀ ਆ ਬੰਦੇ ਦੇ, ਜੇ ਇੰਗੇਜਮੈਂਟ ਵੀ ਨਹੀਂ ਹੋਈ ਹੁੰਦੀ, ਚਲੋ ਜੀ ਬਲੌਗ ਸ਼ੁਰੂ ਹੋ ਗਏ। ਪਹਿਲੀ ਗੱਲ ਇਹ ਬਲੌਗਿੰਗ ਨਹੀਂ ਹੈਗੀ, ਇਹ ਸਿਰਫ ਪੈਸੇ ਇਕੱਠੇ ਕਰਨ ਵਾਲਾ ਕੰਮ ਆ, ਨਾਲੇ ਦੂਸਰੀ ਪਤਾ ਕੀ ਗੱਲ ਆ, ਇਹ ਬਲੌਗ ਤਾਂ ਬਣਾਉਂਦੇ ਨਹੀਂ ਪਏ, ਇਹ ਪਤਾ ਕੀ ਦੱਸਦੇ ਪਏ ਆ, ਹਾਂਜੀ ਅੱਜ ਮੈਂ ਉਹਨੂੰ ਮਿਲਣ ਜਾਣਾ, ਉਹ ਇੱਥੇ ਆ, ਉਹ ਇੱਦਾਂ ਆ, ਉਹ ਉੱਦਾਂ ਆ, ਬਸ ਹੀ ਗੱਲਾਂ। ਕਿਸੇ ਨੇ ਕੀ ਲੈਣਾ, ਤੁਸੀਂ ਫੈਮਿਲੀ ਬਲੌਗ ਬਣਾਓ ਯਾਰ, ਬਲੌਗ ਮਤਲਬ ਫੈਮਿਲੀ ਬਲੌਗ, ਤੁਸੀਂ ਮਾਂ ਪਿਓ ਨੂੰ ਵਿੱਚ ਲਓ ਵੀਡੀਓ ਦੇ, ਤੁਸੀਂ ਆਪਣੀ ਵਾਈਫ ਜਾਂ ਤੁਹਾਡਾ ਵਿਆਹ ਹੋਇਆ ਤਾਂ ਆਪਣੀ ਵਾਈਫ ਨੂੰ ਲਓ। ਅਤੇ ਆਪਾਂ ਕਿਸੇ ਦੀ ਕੁੜੀ ਨੂੰ ਕਿੱਦਾਂ ਲੈ ਸਕਦੇ ਹਾਂ ਵੀਡੀਓ 'ਚ, ਆਪਣੀ ਗੱਲ ਕਰਦੇ ਹਾਂ, ਜੇ ਕੋਈ ਮੁੰਡਾ ਕੋਈ ਵੀਡੀਓ ਬਣਾਉਂਦਾ ਪਿਆ ਤਾਂ ਇਹਦਾ ਯਾਰ ਪਤਾ ਹੀ ਨਹੀਂ ਕੀ ਹਿਸਾਬ, ਅੱਜ ਕੱਲ੍ਹ ਕਾਫੀ ਮੈਂ ਦੇਖਦਾ ਪਿਆ ਬਲੌਗਰ ਇੱਦਾਂ ਦੇ ਬਹੁਤ ਜ਼ਿਆਦਾ। ਇਹ ਹੈ ਨਾ ਕਹਿੰਦੇ ਹੁੰਦੇ ਜੇ ਇੱਕ ਮੱਛੀ ਇੱਦਾਂ ਦੀ ਹੋਵੇ ਸਾਰਾ ਤਲਾਬ ਗੰਦਾ ਕਰ ਦਿੰਦੀ ਆ, ਸੋ ਇਹ ਨਾ ਕੁਛ ਕੁ ਮੱਛੀਆਂ ਆਈਆਂ ਸੀਗੀਆਂ, ਕੁਛ ਕੁ ਮੱਛੀਆਂ ਕਰਕੇ ਜਿਹੜੇ ਵਿਚਾਰੇ ਪੁਰਾਣੇ ਬਲੌਗਰ ਸੀਗੇ ਉਹ ਅੱਜ ਵੀ ਉਹਨਾਂ ਨੇ ਉਹ ਚੀਜ਼ ਕਾਇਮ ਰੱਖੀ ਹੋਆ। ਅੱਜ ਵੀ ਜੇ ਤੁਸੀਂ ਦੇਖੋਗੇ ਨਾ ਪੁਰਾਣੇ ਬਲੌਗਰ ਦੀ ਕਿਸੇ ਦੀ ਵੀਡੀਓ, ਤੁਹਾਨੂੰ ਕੋਈ ਵੀ ਚੀਜ਼ ਗਲਤ ਨਹੀਂ ਮਿਲੂਗੀ ਉਹਨਾਂ ਦੀ ਵੀਡੀਓ 'ਚ। ਬੇਸ਼ੱਕ ਤੁਹਾਨੂੰ ਇਹ ਸੈਡਨ ਨਹੀਂ ਮਿਲ ਸਕਦਾ ਵੀ ਅਸੀਂ ਅੱਜ ਚੱਲੇ ਭੂਆ ਦੇ, ਅਸੀਂ ਚੱਲੇ ਇੱਥੇ, ਸਾਡੇ ਇੱਦਾਂ ਆ, ਸਾਡੇ ਕੋਈ ਫੰਕਸ਼ਨ ਆ ਜਾਂ ਇੱਦਾਂ ਆ, ਕੋਈ ਰੌਲਾ ਰੱਪਾ ਹੀ ਨਹੀਂ ਹੈਗਾ। ਉਹ ਚੀਜ਼
ਆਖਿਰ ਜੀ ਜਿਹੜੇ ਪੁਰਾਣੇ ਬਲੌਗਰ ਆ ਨਾ ਇਹ ਨਵੇਂ ਬਲੌਗਰਾਂ ਨੂੰ ਇਹਨੇ ਦੱਸਿਆ ਵੀ ਹਾਂ ਇੱਦਾਂ ਵੀਡੀਓ ਬਣਾਓ ਇੱਦਾਂ ਤੁਹਾਨੂੰ ਇਨਕਮ ਆਊਗੀ ਤੁਹਾਨੂੰ ਇੱਦਾਂ ਹੋਊਗਾ। ਹਾਂਜੀ ਇਨਕਮ ਆਉਂਦੀ ਆ, ਇਨਕਮ ਲਈ ਮਿਹਨਤ ਕਰਨੀ ਪੈਂਦੀ ਆ, ਠੀਕ ਹੈ। ਜੇ ਆਪਾਂ ਗਲਤ ਕੰਮ ਕਰਕੇ ਗਲਤ ਥੰਬਨੇਲ ਲਾ ਕੇ ਗਲਤ ਵੀਡੀਓ ਪਾ ਕੇ ਕੋਈ ਚੱਕਰ ਨਹੀਂ ਜੀ, ਸਾਡੀ ਗੱਲਬਾਤ ਹਜੇ ਵਿਆਹ ਸੀ 2 ਸਾਲ ਰੋਕ ਕੇ ਕਰਾਉਣਾ, ਕੋਈ ਰੌਲਾ ਰੱਪਾ ਹੀ ਨਹੀਂ, ਅਸੀਂ ਤਾਂ ਵੀਡੀਓ ਪਾਉਣੀ ਇੱਦਾਂ ਹੀ, ਠੀਕ ਹੈ ਨਾ। ਪੈਸੇ ਕਮਾਉਣੇ ਆ ਮੇਨਲੀ ਗੱਲ, ਜਿਹੜੀ ਪੈਸੇ ਕਮਾਉਣੇ ਆ, ਪੈਸੇ ਕਮਾਓ ਆ ਸਾਡਾ। ਹੁਣ ਜਦੋਂ ਪਹਿਲਾਂ ਵਿਆਹ ਨਹੀਂ ਹੋਇਆ ਆਪਾਂ ਵੀ ਰਿਲੇਸ਼ਨ ਸੀ, ਅੱਜ ਤੱਕ ਮੇਰੇ ਤੋਂ ਸਿਰਫ ਇੱਕ ਗਲਤੀ ਹੋਈ ਆ ਜਦੋਂ ਦਾ ਮੈਂ ਸੋਸ਼ਲ ਮੀਡੀਆ 'ਤੇ ਆਇਆ। ਸਿੱਧੀ ਗੱਲ ਦੱਸਾਂ ਦਾ ਮੈਂ ਉਹਨੂੰ ਗਲਤੀ ਮੰਨਦਾ ਆਪਣੀ, ਕਿਉਂਕਿ ਜਦੋਂ ਕੋਈ ਨਵਾਂ ਨਾ ਸੋਸ਼ਲ ਮੀਡੀਆ 'ਤੇ ਬੰਦਾ ਆਉਂਦਾ ਉਹ ਤੋਂ ਗਲਤੀਆਂ ਹੁੰਦੀਆਂ ਮੰਨਦੇ ਹਾਂ, ਪਰ ਅੱਜ ਕੱਲ੍ਹ ਜਣੇ ਖਣੇ ਨੂੰ ਪਤਾ ਵੀ ਭਾਈ ਕਾਫੀ ਜਣੇ ਰੋਸਟ ਵੀ ਕਰਦੇ ਆ, ਉਹ ਰੋਸਟਿੰਗ ਦੇ ਵਿੱਚ ਦੱਸਦੇ ਵੀ ਆ ਵੀ ਹਾਂ ਬਈ ਆਹ ਚੀਜ਼ ਗਲਤ ਆ ਆਹ ਚੀਜ਼ ਸਹੀ ਆ। ਉਸ ਟਾਈਮ ਮੇਰੇ ਤੋਂ ਗਲਤੀ ਹੋਈ ਸੀ, ਮੈਂ ਆਪਣੀਆਂ ਲਵ ਸਟੋਰੀ ਵੀਡੀਓ ਪਾਤੀ ਅਤੇ ਉਹ ਹੈ ਨਾ ਚੈਨਲ ਬਣਨ ਤੋਂ ਪਹਿਲੀ ਵੀਡੀਓ ਸੀ, ਅਤੇ ਪਹਿਲੀ ਵੀਡੀਓ 'ਤੇ ਕਿਸੇ ਵੀ ਬੰਦੇ ਨੂੰ ਇੰਨਾ ਸ਼ੋਰ ਨਹੀਂ ਹੁੰਦਾ, ਕੋਈ ਵੀ ਨਹੀਂ ਸ਼ੋਰ ਹੁੰਦਾ। ਬੇਸ਼ੱਕ ਆਪਾਂ ਇੱਕ ਰੀਲ ਪਾ ਰਹੇ ਨਾ, ਰੀਲ 'ਤੇ ਬੰਦਾ ਸ਼ੋਰ ਨਹੀਂ ਹੁੰਦਾ ਵੀ ਇਹਦੇ 10 ਵਿਊ ਆਊਗੇ ਵੀ, ਜਾਂ ਨਹੀਂ ਆਉਣੇ ਇੱਥੇ ਕੰਮ ਠੱਪ ਹੋ ਜਾਣਾ, ਠੀਕ ਹੈ। ਉਹ ਬਾਬੇ ਦੀ ਵੀ ਕਿਰਪਾ ਸੀ, ਜਾਂ ਜਿੱਦਾਂ ਮਰਜ਼ੀ ਰੱਖ ਲਓ, ਉਹ ਵੀਡੀਓ ਮੈਂ ਨਾ ਜਿੱਦਾਂ ਕਹਿੰਦੇ ਨੇ ਨਿਆਣ ਮੱਤ, ਕੁਛ ਨਹੀਂ ਪਤਾ ਸੀ ਇਹ ਚੀਜ਼ ਬਾਰੇ ਵੀ ਯੂਟਿਊਬ ਯਾਰ ਹੁੰਦਾ ਕੀ, ਸਾਨੂੰ ਤਾਂ ਇਹੀ ਨਹੀਂ ਪਤਾ ਸੀਗਾ। ਜਦੋਂ ਅਸੀਂ ਯੂਟਿਊਬ 'ਤੇ ਆਏ ਸਾਨੂੰ ਇਹ ਨਹੀਂ ਪਤਾ ਸੀ ਯੂਟਿਊਬ ਤੋਂ ਇਨਕਮ ਹੁੰਦੀ ਆ, ਸਾਨੂੰ ਕਿਸੇ ਨੇ ਦੱਸਿਆ ਸੀ ਯੂਟਿਊਬ ਬਾਰੇ ਵੀ ਹਾਂ ਜੀ ਯੂਟਿਊਬ ਚਲਾਓ ਇਹ ਤੋਂ ਇਨਕਮ ਹੋਊਗੀ, ਪਰ ਇਹ ਨਹੀਂ ਕਿਸੇ ਦੱਸਿਆ ਉਹਦੀ ਕੁਛ ਮੋਨਟਾਈਜ਼ ਔਨ ਕਰਨੀ ਪੈਂਦੀ ਜਾਂ ਐਡ ਊਡ ਦਾ, ਕੋਈ ਰੌਲਾ ਰੱਪਾ ਹੀ ਨਹੀਂ ਸੀਗਾ। ਅਸੀਂ 1 ਮਹੀਨਾ ਵੀਡੀਓ ਪਾਈਆਂ, ਇੰਨੇ ਕੁ ਜ਼ਿਆਦਾ ਵਿਊ ਆਏ ਵੀਡੀਓਜ਼ ਦੇ, ਪਰ ਕਿਸੇ ਵੀ ਵੀਡੀਓ ਦੀ ਮੋਨਟਾਈਜ਼ ਨਹੀਂ ਆਉਣੀ ਸੀਗੀ, ਕਿਸੇ ਵੀਡੀਓ ਦਾ 1 ਰੁਪਈਆ ਨਹੀਂ ਆਇਆ। 1 ਮਹੀਨਾ ਇੱਦਾਂ ਹੀ ਚੱਲੇ ਵੀ ਹਾਂ, ਅਤੇ ਬਾਬੇ ਦੀ ਕਿਰਪਾ ਵੀ ਰਹੀ, 50-60 ਹਜ਼ਾਰ ਸਬਸਕ੍ਰਾਈਬਰ ਵੀ ਹੋਏ, ਉਹ ਸਿਰਫ ਪਿਆਰ ਨੂੰ ਹੋਏ ਆਪਾਂ ਨੂੰ ਨਾ। ਆਪਾਂ ਜਦੋਂ ਨਵੇਂ ਆਏ ਯੂਟਿਊਬ 'ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਯਾਰ, ਬਹੁਤ ਇੰਨਾ ਕੁ ਜ਼ਿਆਦਾ ਪਿਆਰ ਮਿਲਿਆ ਨਾ ਕਿ ਟੱਚ ਵੁੱਡ ਸੀਗਾ ਯਾਰ। ਬਾਕੀ ਜਿੰਨੇ ਕੁ ਜਣਿਆਂ ਨੇ ਫੋਲ, ਹੁਣ ਵੀ ਪਿਆਰ ਬਹੁਤ ਆ ਰਿਹਾ ਅਤੇ ਲਵ ਯੂ ਆ ਸਾਰਿਆਂ ਨੂੰ, ਮੈਂ ਹੁਣ ਵੀ ਕਹਿੰਦਾ ਵੀ ਤੁਹਾਡੇ ਕਰਕੇ ਹੀ ਆ, ਜੋ ਕੁਛ ਹੈਗੇ ਆ ਤੁਹਾਡੇ ਕਰਕੇ ਆ, ਠੀਕ ਆ। ਅਤੇ ਨਾ ਜਿਹੜੇ ਹੁਣ ਇਹ ਗਲਤੀ ਮੇਰੀ ਸੀਗੀ, ਹੁਣ ਜਿਹੜੇ ਨਵੇਂ ਬਲੌਗਰ ਆਉਂਦੇ ਪਏ ਆ ਉਹਨਾਂ ਨੂੰ ਤਾਂ ਪਤਾ ਨਾ, ਅਤੇ ਜਿਹੜਾ ਹੈ ਨਾ ਰੋਸਟਿੰਗ ਵਾਲਾ ਸਿਲਸਿਲਾ ਇਹ, ਤੁਹਾਨੂੰ ਬਤਾਤਾ ਕਿੱਥੋਂ ਸ਼ੁਰੂ ਹੋਇਆ। ਆਪਣੇ ਤੋਂ ਗਲਤੀ ਹੋਈ, ਲਵ ਸਟੋਰੀ ਪਾਈ, ਠੀਕ ਆ, ਕੋਈ ਚੱਕਰ ਨਹੀਂ, ਆਪਣੀ ਵੀਡੀਓ ਕਿਸੇ ਨੇ ਪਾਤੀ, ਕੋਈ ਰੌਲਾ ਨਹੀਂ, ਮੈਨੂੰ ਪਤਾ ਮੈਂ ਗਲਤ ਸੀ, ਮੈਨੂੰ ਕੋਈ ਰੌਲਾ ਰੱਪਾ ਹੀ ਨਹੀਂ ਵੀ ਹਾਂ ਮੈਨੂੰ ਲੱਗਾ ਵੀ ਹਾਂ ਵੀ ਤਾਂ ਮੈਂ ਇੱਥੇ ਵੀਡੀਓ ਪਾਈ ਹੈ ਕਿਸੇ, ਅਤੇ ਮੈਨੂੰ ਨਾ ਅੰਦਰੋਂ ਮਤਲਬ ਰਿਲਾਈਜ਼ ਹੋਇਆ ਵੀ ਯਾਰ ਇਹ ਚੀਜ਼ ਗਲਤ ਵੀ ਹੋ ਸਕਦੀ। ਜੇ ਕੋਈ ਬੰਦਾ ਕਿਸੇ ਬਾਰੇ ਬੋਲਦਾ, ਕੋਈ ਰੋਸਟਰ ਹੈ ਨਾ ਕਿਸੇ ਇੱਕ ਚੀਜ਼ 'ਤੇ ਬੰਦਾ ਬੋਲਦਾ ਪਿਆ ਵੀ ਇਹ ਚੀਜ਼ ਯਾਰ ਗਲਤ ਹੈ ਆਪਣੇ ਪੰਜਾਬ ਲਈ, ਉਹਦੇ ਮਨ 'ਚ ਕੋਈ ਗੱਲ ਆਈ ਹੋਊਗੀ ਵੀ ਕਿਸ ਤਰ੍ਹਾਂ ਗਲਤ ਹੈ, ਨਿਆਣਿਆਂ 'ਤੇ ਗਲਤ ਹੈ, ਕਿਸ ਤਰ੍ਹਾਂ ਗਲਤ ਆ, ਮੈਨੂੰ ਰਿਲਾਈਜ਼ ਹੋਇਆ। ਮੈਂ ਕਿਹਾ ਕੋਈ ਚੱਕਰ ਨਹੀਂ, ਵੀਡੀਓ ਨਾਲ ਹੀ ਡਿਲੀਟ ਕਰ ਦਿੱਤੀ ਉਹ, ਮੈਂ ਕਿਹਾ ਕੋਈ ਰੌਲਾ ਰੱਪਾ ਹੀ ਨਹੀਂ ਹੈਗਾ। ਆਪਾਂ ਡਿਲੀਟ ਕੀਤੀ, ਕਾਫੀ ਜਣੇ ਦੇ ਹਜੇ ਵੀ ਕਮੈਂਟ ਆਉਂਦੇ ਰਹਿੰਦੇ ਤੁਹਾਡੀ ਉਹ ਵੀਡੀਓ ਨੂੰ ਲੱਭਦੀ ਲਵ ਸਟੋਰੀ, ਉਹ ਵੀਡੀਓ ਆਪਾਂ ਡਿਲੀਟ ਕਰਤੀ, ਤੁਹਾਨੂੰ ਵੀ ਮੈਂ ਸ਼ੇਅਰ ਕਰ ਦਵਾਂ ਗੱਲ, ਕਿਉਂਕਿ ਹਜੇ ਤੱਕ ਮੈਂ ਕਿਸੇ ਨੂੰ ਦੱਸੀ ਨਹੀਂ ਸੀ ਇਹ ਗੱਲ, ਵੈਸੇ ਡਿਲੀਟ ਕਰਤੀ, ਹਜੇ ਤੁਹਾਨੂੰ ਵੀ ਦੱਸ ਦਿੰਦਾ, ਮੈਂ ਡਿਲੀਟ ਕਰਤੀ ਸੀ 1.5 ਮਹੀਨੇ ਬਾਅਦ, ਅਤੇ ਉਹ ਵੀਡੀਓ 'ਤੇ 7-7 ਲੱਖ ਵਿਊ ਸੀਗੇ ਦੋਨੇ ਵੀਡੀਓਆਂ 'ਤੇ, ਉਹ ਵੀ 1.5 ਮਹੀਨੇ 'ਚ। ਮੇਰੇ ਹਿਸਾਬ ਨਾਲ ਜੋ ਵੀਡੀਓ ਚੱਲਦੀ ਰਹਿੰਦੀ ਬਹੁਤ ਦੂਰ ਤੱਕ ਜਾਣੀ ਸੀ, ਪਰ ਜੇ ਉਹ ਬਹੁਤ ਦੂਰ ਤੱਕ ਜਾਂਦੀ ਤਾਂ ਜੇ ਇਹਨਾਂ ਦੇ ਹਿਸਾਬ ਨਾਲ, ਮਤਲਬ ਕਹਿੰਦਾ ਵਧੀਆ ਕਹਿੰਦਾ ਜਿਨ੍ਹਾਂ ਨੇ ਮੈਨੂੰ ਰਿਲਾਈਜ਼ ਵੀ ਕਰਾਇਆ ਜਾਂ ਕਿਸ ਤਰ੍ਹਾਂ ਵੀ, ਉਹ ਵੀਡੀਓ ਨੇ ਗਲਤ ਇਫੈਕਟ ਕਰਨਾ ਵੀ ਸੀ, ਠੀਕ ਹੈ। ਉਹ ਗਲਤ ਇਫੈਕਟ ਤਾਂ ਕਰਨਾ ਸੀ, ਨਿਆਣੇ ਦੇਖਦੇ ਸੀ, ਨਿਆਣੇ ਨੇ ਉਹੀ ਲਵ ਸਟੋਰੀ ਸੁਣ ਕੇ ਕਹਿਣਾ ਜੀ ਅਸੀਂ ਵੀ ਇੱਦਾਂ ਲਵ ਸਟੋਰੀ ਚਲਾਉਂਦੇ ਹਾਂ ਆਪਣੇ, ਅਤੇ ਅਸੀਂ ਵੀ ਐਂ ਕਰਦੇ ਹਾਂ ਜੀ, ਐਂ ਸਾਡੇ ਨਾਲ ਗੱਲਬਾਤ ਹੋਊਗੀ ਕਿਸੇ ਦੀ, ਅਤੇ ਬਾਕੀ ਕੋਈ ਡਾਊਟ ਤਾਂ ਅੱਜ ਕੱਲ੍ਹ ਹੈ ਹੀ ਨਹੀਂ, ਹਰੇਕ ਦੀ ਲਵ ਸਟੋਰੀ ਆ। ਅੱਜ ਕੱਲ੍ਹ ਤਾਂ ਇੰਨਾ ਕੁ ਜ਼ਿਆਦਾ ਮਾਹੌਲ ਖਰਾਬ, ਮੈਂ ਇੱਥੇ ਬਾਹਰ ਪਾਸੋਂ ਜਿਹੇ ਖੇਡਦਾ ਸੀ, ਮੁੰਡਾ ਛੋਟਾ ਜਿਹਾ 7-8 ਸਾਲ ਦਾ, ਉਹ 2 ਮੁੰਡੇ ਤਾਂ ਗੱਲ ਕਰਨ ਲੱਗੇ, ਉਹ ਕਹੇ ਮੇਰੀ ਸਹੇਲੀ ਵੀ ਨਾਲ ਬੈਠਦੀ ਹੁੰਦੀ ਆ। ਮੈਂ ਕਿਹਾ ਯਾਰ ਲੈ ਦੱਸ, ਕੋਈ ਰੌਲਾ ਰੱਪਾ ਹੀ ਨਹੀਂ, ਅੱਜ ਕੱਲ੍ਹ ਡਾਊਟ ਨਹੀਂ, ਮਤਲਬ ਅੱਜ ਕੱਲ੍ਹ ਥਿੰਕਿੰਗ ਲੋਕਾਂ ਦੀ ਇਹ ਬਣ ਗਈ ਆ। ਅਤੇ ਉਹ ਚਲੋ ਜਿਹੜੀ ਗੱਲ ਸੀ ਆਪਣੀ ਗੱਲ ਸੀ, ਮੈਂ ਵਿਆਹ ਵੀ ਕਰਾਇਆ, ਕੋਈ ਰੌਲਾ ਹੀ ਨਹੀਂ। ਵਿਆਹ ਉਹ ਬੰਦੇ ਦੀ ਗੱਲ ਬਾਤ ਗਲਤ ਹੁੰਦੀ ਜਿਹੜੇ ਬੰਦੇ ਨੇ ਗੱਲ ਕਰ ਲਈ, ਮੁੜ ਕੇ ਵਿਆਹ ਨਹੀਂ ਕਰਾਇਆ, ਧੋਖਾ ਦਿੱਤਾ, ਉਹ ਗੱਲਾਂ ਬਹੁਤ ਅੱਗੇ ਲੰਘ ਜਾਂਦੀਆਂ। ਮੈਨੂੰ ਰਿਲਾਈਜ਼ ਹੋਇਆ ਵੀ ਇਹ ਚੀਜ਼ ਗਲਤ ਆ, ਕਿਉਂਕਿ ਇਹ ਚੀਜ਼ ਦਾ ਕੋਈ ਗਲਤ ਹੀ ਫਾਇਦਾ ਚੱਕ ਸਕਦਾ, ਠੀਕ ਆ। ਅਤੇ ਉਹ ਆਪਾਂ ਵੀਡੀਓ ਕੱਢ ਦਿੱਤੀ, ਉਹਦੇ ਲਈ ਥੈਂਕ ਯੂ ਵੀ ਕਹਿੰਦਾ ਆ ਵੀ ਆਪਾਂ ਨੂੰ ਰਿਲਾਈਜ਼ ਕਰਾਇਆ। ਅਤੇ ਹੁਣ ਸੁਣੋ ਗੱਲ, ਉਹ ਗੱਲ ਉੱਥੇ ਮੁੱਕ ਗਈ, ਕਿਸੇ ਨੇ ਨਹੀਂ ਮਾੜਾ ਗਿਆ, ਕਿਸੇ ਨੇ ਕੁਛ ਨਹੀਂ ਕਿਹਾ। ਅਤੇ ਫਿਰ ਨਾ ਬਲੌਗਰ ਆਏ ਨਵੇਂ ਕੁਛ ਇੱਦਾਂ ਕਿਤੇ ਬਲੌਗਰ ਆਏ, ਉਹਨੇ ਆਉਂਦਿਆਂ ਨੇ ਹਰੇਕ ਨੇ ਲਵ ਸਟੋਰੀ ਪਾਈ, ਨਾਲੇ ਹਰੇਕ ਨੂੰ ਪਤਾ ਵੀ ਸੀ ਵੀ ਲਵ ਸਟੋਰੀ 'ਤੇ ਰੋਸਟ ਹੁੰਦਾ, ਅਤੇ ਉਹਨਾਂ ਸਾਰਿਆਂ ਨੂੰ ਇਹ ਵੀ ਪਤਾ ਸੀ ਵੀ ਭਾਈ ਇਹਨਾਂ ਨੇ ਡਿਲੀਟ ਕਰਤੀ ਲਵ ਸਟੋਰੀ, ਇਹਨੇ ਕਿਸੇ ਗਲਤ ਹੀ ਕੀਤੀ ਹੋਗੀ, ਨਾਲੇ ਰੋਸਟ ਦਾ ਵੀ ਹਰੇਕ ਨੂੰ ਪਤਾ ਸੀ, ਅਤੇ ਉਹਨੇ ਪਤਾ ਵੀਡੀਓ ਕਾਹਤੇ ਪਾਈ ਲਵ ਸਟੋਰੀ ਦੀ, ਹੁਣ ਤੁਹਾਨੂੰ ਮੈਂ ਦੱਸਦਾ। ਉਹਨੇ ਲਵ ਸਟੋਰੀ ਵੀਡੀਓ ਤਾਂ ਪਾਈ ਆ ਕਿ ਵੀ ਜੇ ਅਸੀਂ ਲਵ ਸਟੋਰੀ ਵੀਡੀਓ ਪਾਵਾਂਗੇ ਸਾਨੂੰ ਰੋਸਟ ਹੋਊਗਾ, ਅਤੇ ਰੋਸਟ ਹੋਊਗਾ ਸਾਨੂੰ ਵਿਊ ਆਊਗੇ। ਭਾਈ ਕਿੱਦਾਂ ਦੇ ਬੰਦੇ ਆ ਯਾਰ ਤੁਸੀਂ, ਮੈਨੂੰ ਪਹਿਲੇ ਦੱਸੋ, ਜਿਹੜੇ ਤੁਸੀਂ ਨਵੇਂ ਬਲੌਗਰ ਆਏ ਆ ਕਿੱਦਾਂ ਦੇ ਆ ਤੁਸੀਂ, ਇੱਕ ਪੁਰਾਣੇ ਬੰਦੇ ਜਿਹਨੇ ਹੈ ਨਾ ਵਿਚਾਰੇ ਨੇ ਬਹੁਤ ਮਿਹਨਤ ਕਰਕੇ ਇੱਕ ਨਾਮ ਬਣਾਇਆ ਹੁੰਦਾ, ਉਹ ਤੁਸੀਂ ਚਾਹੁੰਦੇ ਆ ਵੀ ਸਾਨੂੰ, ਅਸੀਂ ਇੱਦਾਂ ਚੀਜ਼ ਕਰੀਏ ਸਾਨੂੰ ਬੰਦਾ ਰੋਸਟ ਕਰੇ। ਅੱਜ ਕੱਲ੍ਹ ਬਹੁਤ ਬਲੌਗ
ਜਾਂ ਤਾਂ ਉਹਨਾਂ ਤੋਂ ਕੁਛ ਸਿੱਖਣਾ ਤਾਂ ਤੁਸੀਂ ਇਹ ਸਿੱਖੋ ਵੀ ਬਲੌਗ ਬਣਾਉਣੇ ਕਿੱਦਾਂ ਆ, ਇਹ ਨਾ ਸਿੱਖੋ ਵੀ ਜਨਾਨੀ ਦੇ ਚਪੇੜਾਂ ਲਾਤੀਆਂ ਜੀ, ਜਨਾਨੀ ਦੇ ਜੇ ਕਰਤਾ ਜੀ, ਸਾਡੀ ਜਨਾਨੀ, ਇਹ ਕੰਮ ਗਲਤ ਆ ਉਸਤਾਦ। ਇਹ ਜਿਹੜੀ ਮੇਰੀ ਸੋਚਣੀ ਇਹ ਚੀਜ਼ਾਂ ਹੈਗੀਆਂ ਗਲਤ, ਉਹਨੂੰ ਸਹੀ ਤਰ੍ਹਾਂ ਕਰੋ। ਅਤੇ ਨਾਲੇ ਜਿਹੜੀ ਹੈ ਨਾ, ਹੋਰ ਇੱਕ ਗੱਲ ਦੱਸਦਾ, ਆਪਾਂ ਅੱਜ ਤੱਕ ਵੀਡੀਓ ਪਾਈ ਆ, ਕੋਈ ਅੱਜ ਤੱਕ ਇੱਦਾਂ ਦਾ ਸ਼ੋਰਟ ਮੈਂ ਵੀਡੀਓ 'ਚ ਗਲਤ ਨਹੀਂ ਪਾਇਆ। ਨਾਲੇ ਕਹਿਣ ਦੀ ਗੱਲ ਆ ਵੀ 1.5 ਸਾਲ ਹੋ ਗਿਆ ਮੇਰੇ ਹਿਸਾਬ ਨਾਲ, 500-600 ਵੀਡੀਓ ਹੋਣੀ ਆ ਯੂਟਿਊਬ 'ਤੇ, ਕੋਈ ਇੱਕ ਵੀਡੀਓ ਇੱਦਾਂ ਦੀ ਦਿਖਾ ਦਿਓ ਜੇ ਮੈਂ ਗਲਤ ਚੀਜ਼ ਇੱਦਾਂ ਦੀ ਕੋਈ ਪਾਈ ਹੋਵੇ ਸ਼ੋਰਟ। ਠੀਕ ਹੈ, ਜਿਹੜੇ ਅੱਜ ਕੱਲ੍ਹ ਆਉਂਦੇ ਆ ਉਹ ਜਾਣ ਕੇ ਸ਼ੋਰਟ ਹੀ ਚੀਜ਼ਾਂ ਦੇ ਪਾ ਰਹੇ ਆ। ਤੁਸੀਂ ਕੀ ਸ਼ੋਰਟ ਲੈ ਰਹੇ ਆ ਯਾਰ, ਤੁਸੀਂ ਆਪਣਾ ਸ਼ੋਰਟ ਲਓ, ਤੁਹਾਨੂੰ ਬਾਬੇ ਨੇ ਮੂੰਹ ਦਿੱਤਾ। ਆਪਾਂ ਤਾਂ, ਮੈਂ ਤਾਂ ਸਿੱਧਾ ਕਹਿੰਦਾ, ਆਪਾਂ ਤਾਂ ਇੰਨੇ ਸੋਹਣੇ ਸੁਨੱਖੇ ਵੀ ਨਹੀਂ ਹੈਗੇ, ਆਪਾਂ ਫਿਰ ਵੀ ਪਾਈ ਆਪਣੇ ਮੂੰਹ ਦੀ ਵੀਡੀਓ ਬਣਾਈ ਦੀ, ਕਿਉਂਕਿ ਇੰਨੀ ਕੁ ਹਿੰਮਤ ਰੱਖਦੇ ਹਾਂ ਵੀ ਮੂੰਹ ਹੀ ਹੈਗਾ ਸਾਡੇ ਕੋਲ ਦਿਖਾਉਣ ਨੂੰ, ਹੋਰ ਚੀਜ਼ਾਂ ਅਸੀਂ ਨਹੀਂ ਦਿਖਾਉਣੀਆਂ ਕੁਛ ਵੀ। ਠੀਕ ਹੈ, ਕਿਉਂਕਿ ਗੱਲ ਮੂੰਹ ਨਾਲ ਕਰੀ ਦੀ ਆ, ਨਾ ਕਿ ਹੋਰ ਚੀਜ਼ਾਂ ਨਾਲ ਕਰੀ ਦੀ ਆ। ਇਹ ਲੋਕ ਕੀ ਕਰਦੇ ਆ, ਉਹ ਚੀਜ਼ਾਂ ਦਿਖਾਉਂਦੇ ਆ ਵੀ ਜਿਹਨਾਂ ਨਾਲ ਲੋਕ ਖਿੱਚ ਹੋ ਕੇ ਆਉਣ, ਅਤੇ ਉਹ ਜਿਹੜੇ ਵਿਚਾਰੇ ਪੁਰਾਣੇ ਬਲੌਗਰ ਆ ਉਹ ਸੋਚਦੇ ਆ ਯਾਰ ਕੀ ਰੌਲਾ ਕੀ ਆ ਯੂਟਿਊਬ 'ਤੇ ਸਾਨੂੰ ਕਾ, ਅਤੇ ਲੋਕ ਅੱਜ ਕੱਲ੍ਹ ਮਾੜਾ ਕਹੀ ਜਾਂਦਾ ਹਰੇਕ ਕੋਈ ਆ ਕੇ ਵੀ ਅਸੀਂ ਤਾਂ ਇੱਦਾਂ ਦਾ ਕੁਛ ਕੀਤਾ ਹੀ ਨਹੀਂ, ਸਾਨੂੰ ਕਮੈਂਟ ਆਈ ਜਾਂਦੇ, ਤੁਸੀਂ ਜੀ ਐਂ ਕਰਦੇ ਆ, ਤੁਸੀਂ ਜਨਾਨੀਆਂ ਦਿਖਾਉਂਦੇ, ਤੁਸੀਂ ਜੇ ਕਰਦੇ ਆ, ਇਹ ਕਮੈਂਟ ਆਉਂਦੇ ਆ, ਆਉਂਦੇ ਆ ਹਰੇਕ ਨੂੰ ਆਉਂਦੇ ਆ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜਨਾਨੀ ਨੂੰ ਕੋਈ ਖਿੱਚ ਕੇ ਲੈ ਕੇ ਆਉਂਦਾ ਵੀਡੀਓ 'ਚ, ਜਿਹੜੇ ਕਮੈਂਟ ਕਰਦੇ ਪਏ ਆ ਤੁਸੀਂ, ਜੇ ਕਹਿੰਦੇ ਨਾ ਸਾਨੂੰ ਰੋਸਟਰ ਦੱਸਦੇ ਪਏ, ਰੋਸਟ ਉਹਨਾਂ ਨੂੰ ਕਰਦੇ ਪਏ ਜਿਹੜੇ ਬੰਦੇ ਗਲਤ ਆ, ਸਾਨੂੰ ਬੇਸ਼ੱਕ ਵਿੱਚ ਕਰਦੇ ਆ, ਜਿਹੜੇ ਪੁਰਾਣੇ ਉਹਨਾਂ ਨੂੰ ਵੀ ਕਰਦੇ ਆ, ਪਰ ਉਹ ਇਹ ਚੀਜ਼ ਨਹੀਂ ਹਜੇ ਵੀ ਦੇਖਦੇ ਪਏ ਵੀ ਜਿਹੜੇ ਨਵੇਂ ਆਏ ਨਾ, ਨਵੇਂ ਬੰਦੇ ਆਏ ਸੀ ਉਹਨਾਂ ਨੇ ਆ ਕੇ ਤਲਾਬ ਗੰਦਾ ਕੀਤਾ ਆ ਪੂਰਾ। ਸੋ ਮੇਨ ਮੋਟਿਵ ਉਹਨਾਂ 'ਤੇ ਰੱਖਿਆ ਜਾਵੇ। ਮੈਂ ਕਹਿੰਦਾ ਜਿਹੜਾ ਬੰਦਾ ਗਲਤ ਕਰਦਾ ਬੇਸ਼ੱਕ ਬੋਲੋ, ਬੇਸ਼ੱਕ ਬੋਲੋ ਵੀ ਜੋ ਮਰਜ਼ੀ ਕਰੋ, ਜਿੱਦਣ ਮੈਂ ਕੁਛ ਗਲਤ ਕਰਾਂਗੇ ਅਸੀਂ ਕੁਛ ਗਲਤ ਪਾਵਾਂਗੇ, ਇੱਦਾਂ ਦਾ ਕੁਛ ਵੀ ਪਾਵਾਂਗੇ, ਮੈਂ ਕਹਿੰਦਾ ਮੈਂ ਲਿਖ ਕੇ ਦਿੰਦਾ, ਜਿੰਨੇ ਜਣੇ ਮਰਜ਼ੀ ਰੋਸਟ ਕਰ ਦਿਓ, ਮੈਂ ਇੱਕ ਲਫ਼ਜ਼ ਨਹੀਂ ਮੂੰਹ 'ਚ ਬੋਲੂੰਗਾ। ਬੋਲਦਾ ਮੈਂ ਵੈਸੇ ਵੀ ਨਹੀਂ, ਮੈਂ ਤਾਂ ਨਹੀਂ ਬੋਲਦਾ ਕਿਉਂਕਿ ਹਜੇ ਤੱਕ ਆਪਾਂ ਨੂੰ ਪਤਾ ਵੀ ਆਪਾਂ ਕੁਛ ਗਲਤ ਨਹੀਂ ਕੀਤਾ। ਜਦੋਂ ਮੈਂ ਗਲਤ ਕਰੂੰਗਾ ਮੈਨੂੰ ਦੁੱਖ ਇਸ ਗੱਲ ਦਾ ਲੱਗੂਗਾ ਵੀ ਹਾਂ ਭਾਈ ਮੈਂ ਗਲਤ ਕੀਤਾ, ਮੈਨੂੰ ਕਿਸੇ ਨੇ ਗਾਲਾਂ ਕੱਢੀਆਂ, ਮੈਨੂੰ ਕੋਈ ਬੋਲਿਆ, ਕੋਈ ਰੌਲਾ ਹੀ ਨਹੀਂ। ਠੀਕ ਹੈ, ਇਹ ਆਪਣੀ ਸੋਚਣੀ ਯਾਰ, ਪਤਾ ਹੀ ਨਹੀਂ ਕਿੱਥੇ ਨੂੰ ਤੁਸੀਂ ਜੂਥ ਲੈ ਕੇ ਤੁਰਿਓ ਅੱਜ ਕੱਲ੍ਹ ਦੇ ਬਲੌਗਰ। ਇਹ ਚੀਜ਼ ਤੁਸੀਂ ਸੋਚੀਓ ਬਸ ਇੱਕ ਵੀ ਚਲੋ ਜੀ ਜੇ ਇਹਦੇ ਨੂੰ ਮਤਲਬ ਚਾਲਾ ਤੁਰਿਆ ਹੈ ਤਾਂ ਮਗਰੇ ਚੱਲ ਪਓ, ਕੀ ਰੌਲਾ ਕੀ ਆ, ਕੀ ਰੌਲਾ ਇਹਦਾ ਵੀ ਮੈਨੂੰ ਦੱਸੋ। ਅਸੀਂ ਬੜੀ ਮਿਹਨਤ ਨਾਲ ਆਏ ਹਾਂ ਸਾਹ, ਇੱਥੇ ਤੁਹਾਡੇ ਵਾਂਗੂ ਥੋੜ੍ਹਾ ਅਸੀਂ ਆਏ ਹਾਂ। ਜੇ ਤੁਸੀਂ ਇਹ ਚੀਜ਼ ਮੁੜ ਕੇ ਪ੍ਰੂਫ ਕਰਦੇ ਹਾਂ, ਇੱਕ ਬਾਈ ਨਾਲ ਗੱਲ ਹੋਈ ਮੁੰਡੇ ਦੀ ਕਿਸੇ ਦੀ, ਉਹਨੇ ਉਹਨਾਂ ਨੂੰ ਪੁੱਛਿਆ ਵੀ ਯਾਰ ਤੂੰ ਕਾਹਦੇ ਇੱਦਾਂ ਦਾ ਕੰਮ ਕਰਦਾ ਪਿਆ, ਉਹ ਕਹਿੰਦਾ ਬਾਈ ਜੀ ਇਹ ਕਿੰਮੀ ਪਵਨ ਹੋਣੀ ਲੱਗੇ ਸੀ ਬਲੌਗ ਬਣਾਉਣ, ਆਹ ਬੰਦੇ ਲੱਗੇ ਸੀ, ਮੈਂ ਨਾਂ ਨਹੀਂ ਲੈਣਾ, ਅਸੀਂ ਉਹਨਾਂ ਨੂੰ ਦੇਖ ਕੇ ਬਲੌਗ ਬਣਾਉਣ ਲੱਗੇ ਹਾਂ। ਬਾਈ ਜੇ ਤੁਸੀਂ ਫੋਲੋ ਕਰਨਾ ਨਾ ਉਹ ਚੀਜ਼ਾਂ ਨੂੰ ਵੀ ਫੋਲੋ ਕਰੋ। ਮੈਂ ਉਹ ਬੰਦੇ ਦੀ ਵੀਡੀਓ ਦੇਖੀ, ਮੈਂ ਕਿਹਾ ਬਾਈ ਜੇ ਫੋਲੋ ਕਰਕੇ ਬਣਾਉਂਦਾ ਆਪੇ ਆਪਾਂ ਨੂੰ ਚੀਜ਼ ਨਾ, ਉਹ ਦੇਖ ਕੇ ਬਣਾਉਂਦਾ ਕੁਛ ਸਿੱਖਿਆ ਫਿਰ ਵੀਡੀਓ ਵਧੀਆ ਬਣਾਉਂਦਾ ਹੋਊਗਾ, ਕਿਉਂਕਿ ਆਪਾਂ ਇਹ ਤਾਂ ਗਲਤ ਨਹੀਂ ਪਾਇਆ। ਮੈਨੂੰ ਪਹਿਲਾਂ ਵੀ ਦੱਸਿਆ ਕੋਈ ਬੰਦਾ ਦੱਸ ਦਿਓ ਅੱਜ ਤੱਕ ਇੱਕ ਵੀ ਚੀਜ਼ ਗਲਤ ਪਾਈ ਹੋਵੇ ਤਾਂ, ਨਾ ਕੋਈ ਪ੍ਰੈਂਕ, ਨਾ ਕੋਈ ਚੀਜ਼, ਨਾ ਕੋਈ ਵੈਸੇ ਆਪਾਂ ਕਿਸੇ ਨੂੰ ਅੱਜ ਤੱਕ ਠੇਸ ਨਹੀਂ ਪਜਾਈ, ਮਤਲਬ ਕੋਈ ਠੇਸ ਅੱਜ ਤੱਕ ਕਿਸੇ ਇੱਕ ਬੰਦੇ ਨੂੰ ਵੀ ਨਹੀਂ ਪਈ। ਦੂਸਰੀ ਗੱਲ, ਨਾ ਆਪਾਂ ਕਦੇ ਅੱਜ ਤੱਕ ਗਲਤ ਸਾਈਨ ਦਿੱਤਾ ਕਿਸੇ ਨਿਆਣੇ ਨੂੰ ਵੀ ਹਾਂ ਭਾਈ ਨਸ਼ਿਆਂ 'ਤੇ ਲੱਗੋ, ਇਹ ਕਰੋ ਵੋ ਕਰੋ, ਨਾ ਆਪਾਂ ਅੱਜ ਤੱਕ ਕੋਈ ਨਸ਼ਾ ਲਿਆਂਦਾ ਵੀਡੀਓ ਦੇ ਵਿੱਚ, ਨਾ ਕੋਈ ਆਪਾਂ ਇੱਦਾਂ ਦੀ ਚੀਜ਼ ਦੱਸੀ ਵੀ ਆਹ ਲਵ ਸਟੋਰੀ ਜਾਂ ਕੁਛ। ਲਵ ਸਟੋਰੀ ਵਾਲੀ ਗਲਤੀ ਹੋਈ ਸੀ, ਉਹ ਆਪਾਂ 1.5 ਮਹੀਨੇ 'ਚ ਆਪਣੀ ਕਰਤੀ ਸੀ, ਮੈਨੂੰ ਹੋਇਆ, ਕਿਉਂਕਿ ਗੱਲ ਸੁਣੋ ਜੇ ਵੀਡੀਓ 'ਤੇ ਨਾ 7 ਲੱਖ ਵਿਊ ਸੀ, ਉਹ ਵੀਡੀਓ ਬਹੁਤ ਅੱਗੇ ਜਾਣੀ ਸੀ, ਮੈਨੂੰ ਕੋਈ ਰੌਲਾ ਰੱਪਾ ਹੀ ਨਹੀਂ ਸੀ ਜਿਹਨੇ ਬੋਲਣਾ ਬੋਲੀ ਜਾਂਦਾ, ਮੈਂ ਤਾਂ ਪੈਸੇ ਕਮਾਉਣੇ ਆ। ਉਹ ਜਿੰਨੀ ਵੀਡੀਓ 1 ਮਿਲੀਅਨ ਤੱਕ ਜਾਣੀ ਸੀ ਮੇਰੇ ਪੈਸੇ ਬਣਦੇ ਸੀ, ਉਹ ਜ਼ਿਆਦਾ ਪੈਸੇ ਬਣਦੇ ਸੀ ਉਹਨੇ, ਮੈਂ ਉਹ ਵੀਡੀਓ ਡਿਲੀਟ ਕਰਤੀ ਵੀ ਆਪਾਂ ਨੂੰ ਪੈਸਿਆਂ ਨਾਲ ਨਹੀਂ ਮਤਲਬ, ਆਪਾਂ ਨੂੰ ਜੂਸ ਦਾ ਵੀ ਮਤਲਬ ਆ। ਆਪਾਂ ਇਹ ਚੀਜ਼ ਸ਼ੁਰੂ ਤਾਂ ਕੀਤੀ ਸੀ ਵੀ ਕੱਲ੍ਹ ਨੂੰ 10 ਬੰਦੇ ਜਾਣ ਕੇ ਨਾ ਸਾਡੀ ਗੱਲ ਮੰਨਣ, ਨਾ ਕਿ ਸਾਨੂੰ ਉਲਟਾ ਕਹਿਣ ਵੀ ਭਾਈ ਤੁਸੀਂ ਬਹੁਤ ਚੰਗੇ ਆ, ਤੁਸੀਂ ਇਹ ਆ। ਜਿੰਨੇ ਕੁ ਬੰਦੇ ਨਵੇਂ ਆਏ ਨੇ ਇਹ ਚੀਜ਼ ਬਣਾਤੀ ਵੀ ਬਲੌਗਰ, ਜਿਹੜੀ ਬਲੌਗਰ ਲਾਈਫ ਆ ਨਾ ਇਹ ਬੜੀ ਕੁੱਤੀ ਲਾਈਫ ਆ, ਕਹਿਣ ਦੀ ਗੱਲ ਮੇਨਲੀ ਇਹ ਲਾਈਫ ਆ ਵੀ ਕੋਈ ਚੱਕਰ ਹੀ ਨਹੀਂ ਹੈਗਾ, ਇਹਦਾ ਰੌਲਾ ਰੱਪਾ ਹੀ ਨਹੀਂ। ਬਾਈ ਜਿੱਦਣ ਅਸੀਂ ਨਾ ਵੀਡੀਓ ਸਟਾਰਟ ਕੀਤੀ ਸੀ, ਇੱਥੇ 10 ਬੰਦੇ, 15 ਬੰਦੇ, 100 ਬੰਦਾ ਵੀ ਮਿਲਣਾ ਆਉਂਦਾ ਸੀਗਾ, ਇੱਦਾਂ ਦੇ ਟਾਈਮ ਵੀ ਦੇਖੇ ਵੀ ਬਹੁਤ ਬੰਦੇ ਮਿਲਣ ਆਏ ਆ, ਅੱਜ ਵੀ ਆ ਰਹੇ ਆ, ਕੋਈ ਇੱਦਾਂ ਦਾ ਨਹੀਂ ਚੱਕਰ ਹੈਗਾ। ਪਰ ਅੱਜ ਕੱਲ੍ਹ ਨਾ ਮੈਨੂੰ ਇੱਕ ਅਲੱਗ ਫੀਲਿੰਗ ਆਉਂਦੀ ਆ ਤੁਹਾਨੂੰ, ਹੁਣ ਮੈਂ ਦੱਸਦਾ ਰੋਸਟਰ ਉਹਨਾਂ ਨੂੰ ਕਰਦੇ ਆ, ਮੈਨੂੰ ਪਤਾ ਵੀ ਮੈਂ ਸਹੀ ਹਾਂ, ਬੇਸ਼ੱਕ ਜਿੰਨੇ ਪੁਰਾਣੇ ਬਲੌਗਰ ਆ ਉਹ ਸਹੀ ਆ, ਪਰ ਇੱਕ ਚੀਜ਼ ਆ ਨਾ ਜਦੋਂ ਆਪਾਂ ਬਾਹਰ ਨਿਕਲਦੇ ਹਾਂ, ਜਦੋਂ ਕੋਈ ਦੇਖਦਾ ਆ ਬੇਸ਼ੱਕ ਉਹ ਵਧੀਆ ਨਿਗਾਹ ਨਾਲ ਦੇਖਦਾ ਆਪਾਂ ਨੂੰ, ਉਹਨੂੰ ਲੱਗਦਾ ਵੀ ਹਾਂ ਮੈਂ ਨਾ ਫੋਟੋ ਕਰਾਉਣੀ, ਆਪਾਂ ਨੇ ਬਦਮਾਸ਼ ਪਤਾ ਕੀ ਆਉਂਦੀ ਪਹਿਲਾਂ ਵੀ ਇਹਨੇ ਕੁਛ ਗਲਤ ਹੈ ਇਹਦੇ ਮਨ 'ਚ ਸਾਡੇ ਬਾਰੇ, ਇਹ ਚੀਜ਼ ਆ ਕੀ ਗਲਤ ਹੈ ਮੈਨੂੰ ਦੱਸੋ। ਆਪਾਂ ਆਪਣੀ ਵੀਡੀਓ ਬਣਾਉਂਦੇ ਹਾਂ, ਹੁਣ ਤੁਸੀਂ ਇੱਕ ਡੇਲੀ ਲਾਈਫ ਰੱਖ ਲਓ ਹਰੇਕ ਬੰਦੇ ਦੀ, ਉਹ ਇੱਕ ਨਾ ਸਵੇਰ ਨੂੰ ਵਟਸਐਪ 'ਤੇ ਖਿੱਚ ਕੇ ਤਾਂ ਫੋਟੋ ਪਾਉਂਦਾ, ਫੋਟੋ ਹੀ ਪਾਉਣਾ ਵੀ ਮੈਂ ਆਹ ਕੰਮ ਕਰਦਾ, ਵੀ ਮੇਰੇ ਕੋਲ ਪਾਰਟੀ ਕੀਤੀ ਰੱਖ ਲਓ, ਕੋਈ ਪਾਰਟੀ 'ਤੇ ਗਿਆ ਮੇਰਾ ਮੁੰਡੇ ਆ, ਮੈਂ ਫੋਟੋ ਪਾਤੀ ਕੋਈ ਰੌਲਾ, ਉਹ ਕੋਈ ਗਲਤ ਗੱਲ ਥੋੜ੍ਹਾ। ਹੁਣ ਮੈਂ ਸਾਰਾ ਦਿਨ 5 ਵਾਰ ਸ਼ਹਿਰ ਜਾਵਾਂ, ਮੈਂ ਉਹ ਗੱਲ ਦੀ ਵੀਡੀਓ ਬਣਾ ਲਈ, ਮੇਰਾ ਰੌਲਾ ਤੁਸੀਂ ਜਿਹਨੂੰ ਪਸੰਦ ਹੈ ਉਹੀ ਦੇਖੂਗਾ, ਜੇ
ਲੱਗੀ ਸਮਝ? ਮੈਂ ਕੋਈ ਇੱਦਾਂ ਦੀ ਚੀਜ਼ ਦਿਖਾਲੂੰਗਾ, ਪਹਿਲੀ ਗੱਲ ਕੋਈ ਬੰਦਾ ਇੱਦਾਂ ਦੀ ਚੀਜ਼ ਦਿਖਾਉਂਦਾ ਨਹੀਂ ਹੁੰਦਾ ਵੀ ਹਾਂ ਇਹ ਚੀਜ਼ ਦੇਖ ਕੇ ਮੈਨੂੰ ਮਾੜੇ ਕਮੈਂਟ ਆਉਣ ਜਾਂ ਮੁੰਡੇ ਦੇਖਣ ਜਾਂ ਇੱਦਾਂ। ਹਰ ਕੋਈ ਮੁੰਡਾ ਵੀ ਗਲਤ ਨਹੀਂ ਹੁੰਦਾ, ਇਹ ਤੁਹਾਨੂੰ ਮੈਂ ਵੀ ਦੱਸ ਦਿੰਦਾ। ਕਾਫੀ ਜਣੇ ਦਿਮਾਗ 'ਚ ਇਹ ਵੀ ਗੱਲ ਹੁੰਦੀ ਵੀ ਮੁੰਡੇ ਗਲਤ ਆ, ਕੁਛ ਕੁ ਮੁੰਡੇ ਵਿੱਚ ਗਲਤ ਹੁੰਦੇ ਵੀ ਜਿਹੜੇ ਉਹ ਨਿਗਾਹ ਨਾਲ ਦੇਖਦੇ ਆ, ਠੀਕ ਆ। ਉਹ ਦੇਖਣ ਪਤਾ ਕਦੋਂ ਲੱਗੇ ਆ? ਉਹ ਹੁਣੇ ਦੇਖਣ ਲੱਗੇ ਆ, ਆਹ ਨਵੇਂ ਬਲੌਗਰਾਂ ਦੇ ਜੋ ਚੰਦ ਚੜ੍ਹਾਏ ਨਾ, ਇਹਨਾਂ ਕਰਕੇ ਦੇਖਣ ਲੱਗੇ ਆ। ਸਾਨੂੰ ਸਾਲਾ ਕੋਈ ਪੁਰਾਣਾ ਬੰਦਾ ਮੈਸੇਜ ਨਹੀਂ ਆਇਆ ਸੀ ਦਿੰਦਾ ਅੱਜ ਤੱਕ। ਜਦ ਦੇ ਨਵੇਂ ਬਲੌਗਰ ਆਏ ਬਹੁਤ ਮੈਸੇਜ ਆਉਂਦੇ ਆ, ਕਮੈਂਟ ਆਉਂਦੇ ਆ ਵੀ ਤੁਸੀਂ ਵੀ ਐਂ ਕਰਦੇ, ਤੁਸੀਂ ਇੱਦਾਂ ਕਰਦੇ। ਮੈਂ ਉਹਨਾਂ ਨੂੰ ਰਿਪਲਾਈ ਕਰਦਾ ਹੁੰਦਾ ਵੀ ਸਟੋਰੀ ਮੈਂਸ਼ਨ ਕਰੋ, ਮੈਂ ਸਟੋਰੀ ਪਾਊਂਗਾ, ਮੈਂ ਦੇਖੂੰਗਾ ਵੀ ਭਾਈ ਕਿਹੜੀ ਚੀਜ਼ ਅੱਜ ਤੱਕ ਮੈਂ ਦਿਖਾਲਦੀ ਗਲਤ। ਦੱਸੋ ਇੱਕ ਚੀਜ਼ ਦੱਸੋ, ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਉਸਤਾਦ, ਅਤੇ ਜਿਹੜੀਆਂ ਨਿਭਾਉਣੀਆਂ ਕਰਨੀਆਂ ਇਹ ਬਹੁਤ ਔਖੀਆਂ ਆ। ਇਹ ਨਾ ਇੱਕ ਚੀਜ਼ ਚੱਕ ਲਿਆ ਕਰੋ ਅਤੇ ਉਹਨੇ ਲਵ ਸਟੋਰੀ ਸੁਣਾਈ ਸੀ ਜੀ, ਉਹਨੇ ਇੱਦਾਂ, ਉਹ ਲਵ ਸਟੋਰੀ ਆਪਾਂ ਡਿਲੀਟ ਵੀ ਕਰਤੀ ਸੀ ਜਦੋਂ ਲੱਗਾ ਸੀ ਨਾ ਗਲਤ, ਜਦੋਂ ਤੁਹਾਨੂੰ ਪਤਾ ਵੀ ਇਹ ਚੀਜ਼ ਗਲਤ ਆ ਤੁਸੀਂ ਕਾਹਤੇ ਪਾ ਰਹੇ ਹਾਂ। ਅਤੇ ਮੈਂ ਹੁਣ ਇੱਕ ਗੱਲ ਹੋਰ ਦੱਸਾਂ, ਇਹ ਚੀਜ਼ ਦੀ ਆਪਾਂ ਨੂੰ ਕੋਈ ਨੌਲੇਜ ਨਹੀਂ ਸੀ, ਇਹ ਚੀਜ਼ ਦੀ ਮੈਨੂੰ ਤਾਂ ਬਿਲਕੁਲ ਨੌਲੇਜ ਨਹੀਂ ਸੀ। ਅਤੇ ਹੁਣ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ, ਮੈਂ ਇੱਕ ਸਟਾਰਟਿੰਗ 'ਚ ਗੱਲ ਕੀਤੀ ਵੀ ਅੱਜ ਕੱਲ੍ਹ ਜਿਹੜੇ ਨਾ ਜੋੜੇ ਹਜੇ ਬਣੇ ਵੀ ਨਹੀਂ ਉਹ ਵੀਡੀਓ ਵੀ ਪਾਉਂਦੇ ਆ, ਠੀਕ ਹੈ, ਪਾਉਂਦੇ ਆ ਨਾ। ਹੁਣ ਮੇਰੀ ਗੱਲ ਸੁਣੋ, ਸ਼ੌਂਕ ਸਾਨੂੰ ਵੀ ਬਹੁਤ ਸੀ ਵੀਡੀਓ ਪਾਉਣ ਦਾ, ਜੇ ਅਸੀਂ ਇੰਨੇ ਗਲਤ ਹੁੰਦੇ ਵਿਆਹ ਤੋਂ ਅਸੀਂ ਪਹਿਲਾਂ ਵੀਡੀਓ ਪਾਉਣ ਲੱਗ ਜਾਂਦੇ, ਚਾਹੇ ਟਿਕਟੋਕ ਹੁੰਦੀ ਚਾਹੇ ਕੁਛ ਹੁੰਦਾ, ਠੀਕ ਆ। ਰਿਲੇਸ਼ਨ 'ਚ ਅੱਜ ਕੋਈ ਹਰ ਕੋਈ ਰਿਲੇਸ਼ਨ ਵਿੱਚ ਆ, ਕੋਈ ਇੱਦਾਂ ਦਾ ਹੈ ਹੀ ਨਹੀਂ ਬੰਦਾ ਜਿਹੜਾ ਸਿੰਗਲ ਤੁਰੇ ਫਿਰਦਾ, ਕੋਈ ਬਿਲਡ ਆਈ ਆ, ਠੀਕ ਆ। ਅਤੇ ਆਪਾਂ ਕਿਉਂ ਨਹੀਂ ਵੀਡੀਓ ਪਾਈ? ਮੇਰਾ ਵਿਆਹ ਹੋਇਆ, ਆਪਾਂ ਨੂੰ ਸੀਗਾ ਇੱਕ ਸ਼ੌਂਕ ਟਿਕਟੋਕ ਦਾ ਵੀ, ਉਸ ਟਾਈਮ ਦੇ ਟਿਕਟੋਕ ਬਹੁਤ ਚੱਲਦੀ ਜਦੋਂ ਸਾਡਾ ਵਿਆਹ ਹੋਇਆ। ਅਤੇ 2 ਕੁ ਮਹੀਨਿਆਂ ਬਾਅਦ ਨਾ, 2-3 ਮਹੀਨੇ ਹੋ ਗਏ ਸੀ ਵਿਆਹ ਨੂੰ, ਅਤੇ ਆਪਾਂ ਨਾ ਟਿਕਟੋਕ ਸ਼ੁਰੂ ਕਰ ਲਈ। ਵੈਸੇ ਵੀਡੀਓ ਪਾਉਣ ਲੱਗ ਗਏ, ਸਾਨੂੰ ਉਸ ਟਾਈਮ ਕੁਛ ਨਹੀਂ ਪਤਾ ਸੀ ਫੋਲੋਵਰ, ਬਸ ਇੰਨਾ ਪਤਾ ਸੀ ਫੋਲੋਵਰ ਵੱਧਦੇ ਆ ਅਤੇ ਵਧੀਆ ਲੱਗਦਾ ਪਿਆ, ਫੋਲੋਵਰ ਬਹੁਤ ਵਧੇ ਯਾਰ, ਬਹੁਤ ਉੱਥੇ ਵੀ ਸਪੋਰਟ ਮਿਲੀ, ਬਹੁਤ ਪਿਆਰ ਮਿਲਿਆ ਜਦੋਂ ਨਾ ਨਵਾਂ ਕੋਈ ਆਉਂਦਾ ਆ। ਤੁਹਾਨੂੰ ਅੱਗੇ ਪਤਾ ਕੋਈ ਸ਼ੋਰਟ ਹੀ ਨਹੀਂ ਹੁੰਦੀ ਵੀ ਬੰਦਾ ਜਾਊਗਾ, ਹਿੱਟ ਹੋਊਗਾ ਜਾਂ ਕੀ ਹੋਊਗਾ, ਬਹੁਤ ਪਿਆਰ ਮਿਲਿਆ। ਬਹੁਤ ਕੀ 5 ਕੁ ਮਹੀਨਿਆਂ ਦੇ ਵਿੱਚ ਮੈਨੂੰ ਲੱਗਦਾ 4-4.5 ਲੱਖ ਫੋਲੋਵਰ ਸੀਗਾ, 4 ਕੁ ਲੱਖ ਤਾਂ ਮੈਂ ਦੇਖਿਆ ਸੀ, ਮੈਨੂੰ ਪਤਾ ਨਹੀਂ ਬੈਨ ਤੋਂ ਪਹਿਲਾਂ ਮੈਂ ਦੇਖਿਆ ਕਿ ਨਹੀਂ, 4-4.5 ਲੱਖ ਫੋਲੋਵਰ ਸੀਗਾ ਟਿਕਟੋਕ 'ਤੇ 6 ਮਹੀਨਿਆਂ 'ਚ। ਅਤੇ ਉਹਦੀ ਵੀ ਗੱਲ ਸੁਣੋ ਨਾ, ਆਪਾਂ ਨੂੰ ਜਦੋਂ ਸ਼ੁਰੂ ਕੀਤੀ ਸੀ ਨਾ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਲੱਗੇ ਜੇ ਪਤਾ ਹੋਵੇ ਇਹ ਤੋਂ ਕੋਈ ਇਨਕਮ ਹੁੰਦੀ ਆ, ਵੀ ਟਿਕਟੋਕ ਤੋਂ ਵੀ ਕੋਈ ਇਨਕਮ ਹੁੰਦੀ, ਸਿਰਫ ਸ਼ੌਂਕ ਸੀ ਵੀ ਸ਼ੌਂਕ ਸੀ ਵੀਡੀਓ ਪਾਉਣੀ ਆ, ਵੀਡੀਓ ਪਾਉਣੀ ਆ ਤਾਂ ਪਾਉਣੀ ਆ, ਕਿਉਂਕਿ ਆਪਾਂ ਜੇ ਡੇਲੀ ਵਟਸਐਪ 'ਤੇ ਪਾਉਂਦੇ ਹਾਂ, ਆਪਾਂ ਟਿਕਟੋਕ ਅਕਾਊਂਟ ਬਣਾ ਉੱਤੇ ਪਾਵਾਂਗੇ, ਨੋਰਮਲ ਜੀ ਗੱਲ ਆ, ਕੋਈ ਰੌਲਾ ਰੱਪਾ ਹੀ ਨਹੀਂ ਐਡਾ। ਪਾਈ ਵੀਡੀਓ 3 ਕੁ ਮਹੀਨੇ ਹੋਏ, ਮੈਂ ਗੱਲ ਅੱਗੇ ਵੀ ਦੱਸੀ ਆਪਣੀ ਵੀਡੀਓ, 3 ਕੁ ਮਹੀਨੇ ਹੋਏ ਅਤੇ ਇੱਕ ਬੰਦਾ ਆਇਆ, ਉਹ ਕਹਿੰਦਾ ਜੀ ਅਸੀਂ ਪ੍ਰਮੋਸ਼ਨ ਦੇਣੀ ਆ ਮੈਨੂੰ ਨਾ, ਜੇ ਪ੍ਰਮੋਸ਼ਨ ਦਾ ਮੈਸੇਜ ਆਉਂਦਾ ਸੀ ਮੈਂ ਬੰਦਾ ਬਲੌਕ ਕਰ ਦਿੰਦਾ ਸੀ, ਵੀ ਇਹਨੇ ਸਾਡਾ ਅਕਾਊਂਟ ਹੈਕ ਕਰ ਲੈਣਾ। ਉਸ ਟਾਈਮ ਬਹੁਤ ਰੌਲਾ ਪੈਂਦਾ ਹੁੰਦਾ ਸੀ ਵੀ ਹੈਕ ਹੋ ਜਾਂਦਾ ਜੀ ਅਕਾਊਂਟ, ਜੇ ਹੋ ਜਾਂਦਾ ਵੋ ਹੋ ਜਾਂਦਾ, ਠੀਕ ਆ। ਅਤੇ ਉਸ ਟਾਈਮ ਉਹ ਬੰਦੇ ਨੇ ਪਤਾ ਨਹੀਂ ਕਿੱਦਾਂ ਗੱਲ ਹੋ ਗਈ ਮੇਰੀ, ਉਹ 200 ਰੁਪਇਆ ਦਿੰਦਾ ਸੀ ਇੱਕ ਰੀਲ ਦਾ, ਉਹ ਰੀਲ ਕਾਹਨੂੰ ਟਿਕਟੋਕ ਦਾ। ਬੜੀ ਖੁਸ਼ੀ ਹੁੰਦੀ ਸੀ ਯਾਰ, ਬੇਸ਼ੱਕ ਕੋਈ ਵੀ ਕੰਮ, ਬੇਸ਼ੱਕ ਛੋਟਾ ਕੰਮ, ਬੇਸ਼ੱਕ ਵੱਡਾ ਕੰਮ ਹੋਵੇ, ਜਦੋਂ ਇਨਕਮ ਪਤਾ ਲੱਗਦੀ ਨਾ ਫਿਰ ਬੰਦਾ ਖੁਸ਼ ਹੁੰਦਾ। ਕਰਦੇ ਕਰਾਉਂਦੇ ਜੀ 4 ਮਹੀਨੇ ਲੰਘ ਗਏ ਅਤੇ ਮੈਨੂੰ ਲੱਗਦਾ 3 ਕੁ ਲੱਖ ਫੋਲੋਵਰ ਹੋ ਗਿਆ ਸੀਗਾ ਉੱਤੇ ਟਿਕਟੋਕ 'ਤੇ। ਅਤੇ ਤੁਸੀਂ ਆਪ ਦੇਖੋ ਵੀ 200 ਰੁਪਈਆ ਇੱਕ ਵੀਡੀਓ ਦਾ ਲੈਣ ਵਾਲਾ ਬੰਦਾ ਜਿਹਨੂੰ 200 ਰੁਪਈਆ ਮਿਲਿਆ ਵੀ ਉਹ ਕਿੰਨਾ ਖੁਸ਼ ਆ। ਉਸ ਟਾਈਮ ਪਤਾ ਉਹਦੀ ਕੀ ਵੈਲਿਊ ਸੀ, 1000 ਰੁਪਏ ਦੇਣਾ ਚਾਹੀਦਾ ਸੀ ਬੰਦੇ ਨੂੰ, ਪਰ ਮੈਂ 200 'ਚ ਵੀ ਇੰਨਾ ਖੁਸ਼ ਸੀ, ਮੈਂ ਕੋਈ ਚੱਕਰ ਨਹੀਂ, ਮੈਨੂੰ ਪਤਾ ਹੀ ਨਹੀਂ ਸੀ ਚੀਜ਼ ਬਾਰੇ। ਮੈਨੂੰ ਤਾਂ ਇਹ ਸੀ ਵੀ ਬੰਦਾ ਸਦਾਈ ਗਿਆ ਯਾਰ, ਇਹ ਸਿੰਪਲ ਵੀਡੀਓ ਬਣਾਉਣੀ ਕਰਨਾ ਕਿ ਮੈਨੂੰ 200 ਰੁਪਏ ਦੇ ਰਿਹਾ ਹੈ, ਮੈਂ ਤਾਂ ਬੜਾ ਖੁਸ਼, ਮੈਂ ਛਾਲਾ ਮਾਰਦਾ ਪਿਆ ਵੀ ਬਣ ਕੇ ਗੱਲ ਹੈ। ਦਿਹਾੜੀ 'ਚ 2 ਵੀਡੀਓ 3 ਵੀਡੀਓ ਪਾਈ ਦੀਆਂ ਸੀ ਤਾਂ 400-500-600 ਰੁਪਈਆ ਬਣ ਗਿਆ, ਕੋਈ ਰੌਲਾ ਹੀ ਨਹੀਂ ਹੈ ਨਾ, ਬਣ ਗਿਆ। ਮੈਂ ਕਹਿੰਦਾ ਇਨਕਮ ਆ, ਬਾਹਰ ਜਾ ਕੇ ਵੀ ਯਾਰ ਕੰਮ ਕਰਨਾ, ਇਹਦੇ ਨਾਲੋਂ ਚੰਗਾ ਇੱਥੇ ਕੰਮ ਕਰਦੇ ਹਾਂ। ਲੰਘ ਗਿਆ ਟਾਈਮ, ਬਹੁਤ ਲੰਘ ਗਿਆ। ਅਤੇ ਨਾ ਉਸ ਤੋਂ ਬਾਅਦ 5 ਮਹੀਨੇ ਹੋ ਗਏ, 6 ਮਹੀਨੇ ਬਾਅਦ ਟਿਕਟੋਕ ਬੈਨ ਹੋ ਗਈ ਸੀ। 5 ਮਹੀਨੇ ਬਾਅਦ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ, ਕਹਿੰਦਾ ਬਾਈ ਜੀ ਮੈਂ ਟਿਕਟੋਕ ਦੀ ਪ੍ਰਮੋਸ਼ਨ ਸੀ, ਵੀ ਮੈਨੂੰ ਪਤਾ ਸੀ ਪ੍ਰਮੋਸ਼ਨ ਆ। ਮੈਂ ਕਿਹਾ ਹਾਂਜੀ ਦੱਸੋ ਕਰ ਦੇਵਾਂਗੇ। ਕਹਿੰਦਾ ਚਾਰਜਸ ਕੀ ਆ? ਮੈਂ ਹੁਣ 200 ਥੋੜ੍ਹਾ ਕਹਿਣਾ ਸੀ, ਮੈਂ ਕਿਹਾ ਯਾਰ ਤੁਸੀਂ ਦੱਸੋ ਕਿੰਨੇ ਕੁ ਦਿਉਂਗੇ, ਕਿੰਨੇ ਕੁ ਮੈਨੂੰ ਮੈਨੂੰ ਇਹ ਸੀ ਵੀ ਸ਼ਾਇਦ 500 ਵੀ ਦੇ ਸਕਦਾ ਹੈ। ਉਹ ਬੰਦੇ ਨੇ ਮੈਨੂੰ ਪਤਾ ਕੀ ਮੈਸੇਜ ਭੇਜਿਆ? ਕਹਿੰਦਾ ਭਾਅ ਜੀ 1500 ਦਿਆ ਕਰਾਂਗੇ ਪਰ ਰੀਲ ਦਾ, ਪਰ ਟਿਕਟੋਕ ਦਾ, ਅਤੇ ਤੁਸੀਂ ਹੈ ਨਾ ਬਣਾ ਦਿਆ ਕਰਿਓ। ਮੈਂ ਬੜਾ ਖੁਸ਼ ਯਾਰ, ਮੈਂ ਉਹਨਾਂ ਬੰਦੇ ਨੂੰ ਫੋਨ ਲਾ ਲਿਆ ਜਿਹਨੂੰ 200 ਦਿੰਦਾ ਸੀ। ਮੈਂ ਕਿਹਾ ਯਾਰ ਤੂੰ ਮੈਨੂੰ ਜ਼ਿਆਦਾ ਲੁੱਟੀ ਜਾਂਦਾ, ਜੇ ਉਹ ਮੈਨੂੰ 1500 ਮਿਲਦਾ ਕਿਤੋਂ ਮਿਲਦਾ ਭਾਅ ਜੀ? ਮੁੜ ਕੇ ਕਹਿੰਦਾ ਮੈਂ 1000 ਦਿਆ ਕਰੂੰਗਾ, ਮੈਂ ਤੁਹਾਨੂੰ ਫਿਰ ਮੁੜ ਕੇ 1000 ਦੇ। ਮੈਂ ਕਿਹਾ ਨਹੀਂ ਮੈਂ ਉਹ ਤੋਂ ਹੀ ਕਰਾਉਣੀ ਆ। ਫਿਰ ਮੈਂ ਕਹਿੰਦਾ 1600 ਦਿਆ ਕਰੂੰਗਾ। ਉਹ ਬੰਦੇ ਦਾ ਮੈਂ ਉੱਥੇ ਖਿਹੜਾ ਛੱਡਤਾ ਸੀ ਅਤੇ ਮੈਂ 1500 ਜਦੋਂ ਟਿਕਟੋਕ ਸ਼ੁਰੂ ਕੀਤੀ ਨਾ, ਉਸ ਤੋਂ ਬਾਅਦ 15 ਜਾਂ 20 ਦਿਨ ਪ੍ਰਮੋਸ਼ਨ ਕੀਤੀ ਸੀ, ਉਸ ਤੋਂ ਬਾਅਦ ਟਿਕਟੋਕ ਬੰਦ ਹੋ ਗਈ। ਅਤੇ ਹੁਣ ਕਲੀਅਰ ਗੱਲ ਇਹ ਕਰਦਾ ਵੀ ਜਿਹੜੀ 4 ਕੁ ਮਹੀਨੇ ਸੀ ਨਾ, ਉਹ ਬਿਲਕੁਲ ਫ੍ਰੀ ਟਿਕਟੋਕ ਚਲਾਈ, ਕੋਈ ਰੌਲਾ ਰੱਪਾ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਵੀ ਇਨਕਮ ਹੁੰਦੀ ਆ, ਠੀਕ ਆ। ਖੇਤੀਬਾੜੀ ਕਰਦੇ ਸੀ, ਰੋਟੀ ਪਾਣੀ ਉਦੋਂ ਵੀ ਖਾਂਦੇ, ਰੋਟੀ ਪਾਣੀ ਅੱਜ ਖਾਂਦੇ, ਅੱਜ ਵੀ ਕੋਈ ਐਡਾ ਨਹੀਂ ਸ਼ਾਹੀ ਪਕਵਾਨ ਆਉਂਦੇ ਆ ਵੀ 50-50 ਦਾਲਾਂ ਸਬਜ਼ੀਆਂ 'ਤੇ ਬਣੀਆਂ ਪਈਆਂ ਹੁੰਦੀਆਂ। ਅੱਜ ਵੀ ਉਹੀ ਇੱਕ ਦਾਲ, ਉਹੀ ਦਹੀਂ ਅਤੇ ਉਹੀ ਰੋਟੀ ਖਾਂਦੇ ਹਾਂ, ਠੀਕ ਹੈ। ਅਤੇ ਉਹ ਤੋਂ ਬਾਅਦ 2 ਮਹੀਨੇ ਕੀ
ਬਣਾਉਣਾ ਫੈਮਿਲੀ ਵਲੌਗ ਬਣਾਓ, ਨਾ ਕਿ ਆਹ ਜੋ ਕੋਈ ਤੁਸੀਂ ਛੰਗਣ ਮੰਗਣ ਰੋਡਾਂ 'ਤੇ ਕਰਦੇ ਫਿਰਦੇ ਆ, ਕਿਸੇ ਦਾ ਕੁਛ ਆ ਕਿਸੇ ਦਾ ਕੁਛ ਆ, ਇਹ ਨਾ ਕਰੋ। ਸਮਝ ਲੱਗੀ? ਕਰਾਉਣਾ ਵਿਆਹ ਕਰਾਓ ਫਿਰ ਵਲੌਗ ਬਣਾਓ, ਵਲੌਗ ਬਣਾਓ ਨਾਲੇ ਆਪਣੇ ਮਾਂ ਪਿਓ ਨੂੰ ਵਿੱਚ ਲਓ ਵੀਡੀਓ ਦੇ, ਤੁਹਾਨੂੰ ਸ਼ਰਮ ਵੀ ਆਊਗੀ ਕੁਛ ਇੱਦਾਂ ਦੀ ਗੱਲ ਕਰਦੇ ਨੂੰ। ਠੀਕ ਹੈ ਵੀ ਅਸੀਂ ਇਹ ਗੱਲ ਕਰਦੇ ਪਏ ਹਾਂ, ਜਾਂ ਤਾਂ ਇਹ ਮਾਂ ਪਿਓ ਨੂੰ, ਕਈਆਂ ਦੇ ਵਿਆਹ ਹੋਏ ਉਹ ਖਰਿਆ ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਬੁਲਾਉਂਦੇ ਨਹੀਂ, ਪਤਾ ਨਹੀਂ ਕੀ ਚੱਕਰ, ਉਹ ਫਿਰ ਵੀ ਬਕਵਾਸ ਕਰੀ ਜਾਂਦੇ ਇੰਨੀ ਵਲੌਗ ਦੇ ਵਿੱਚ, ਉਹਦੇ ਮਾਂ ਪੇ ਪਤਾ ਨਹੀਂ ਕਿੱਦਾਂ ਦੇ ਪਏ। ਸਾਡੀ ਮੈਂ ਤੁਹਾਨੂੰ ਦੱਸਾਂ, ਜੇ ਮੈਂ ਇੱਕ ਵੀਡੀਓ ਇੱਦਾਂ ਦੀ ਪਾ ਦੇਵਾਂ, ਆਹ ਵੀਡੀਓ ਮੈਂ ਪਾਉਣੀ, ਮੇਰੇ ਮਾਂ ਪੇ ਨੇ ਉੱਤੇ ਵੀ ਲੜਨਾ ਮੇਰੇ ਨਾਲ ਵੀ ਤੈਨੂੰ ਕੀ ਲੋੜ ਆ ਕਿਸੇ ਨੂੰ ਬੋਲਣ ਦੀ। ਇਹ ਹੁੰਦੀ ਆ ਮਾਂ ਪੇ ਦੀ ਗੱਲ, ਜਿਹੜੇ ਸਿਆਣੇ ਮਤਲਬ ਮਾਂ ਪੇ ਵੀ ਜਿਹਨਾਂ ਸਿਆਣੇ ਹੁੰਦੇ, ਨਿਆਣੇ ਵੀ ਸਿਆਣੇ ਹੁੰਦੇ, ਨਿਆਣੇ ਨੂੰ 100 ਵਾਰ ਮੈਨੂੰ ਹੁਣ ਟੈਨਸ਼ਨ ਆ, ਮੈਂ ਵੀਡੀਓ ਬਣਾਉਂਦਾ ਪਿਆ ਪਰ ਮੈਨੂੰ ਟੈਨਸ਼ਨ ਆ ਮੈਨੂੰ। ਨਾਲੇ ਦੂਸਰੀ ਗੱਲ, ਮੈਂ ਕਿਸੇ ਤੋਂ ਨਹੀਂ ਡਰਦਾ, ਕਿਸੇ ਤੋਂ ਵੀ ਨਹੀਂ ਡਰਦਾ ਆਪਣੇ ਮਾਂ ਪਿਓ ਤੋਂ, ਛੁੱਟ ਕੋਈ ਹੋਵੇ ਬੇਸ਼ੱਕ ਜਿੱਦਾਂ ਮਰਜ਼ੀ ਕੁਛ ਵੀ ਹੋਵੇ, ਠੀਕ ਹੈ, ਕਿਉਂਕਿ ਡਰਨਾ ਤਾਂ ਹੁੰਦਾ ਜੇ ਆਪਾਂ ਕੁਛ ਗਲਤ ਕਰਦੇ ਹਾਂ। ਇਹ ਆਪਣੇ ਨਿਗਾਹ 'ਚ ਮਾਂ ਪਿਓ ਦੀ ਨਿਗਾਹ 'ਚ ਚੀਜ਼ ਗਲਤ ਆ, ਵੀ ਜਿਹੜੀਆਂ ਚੀਜ਼ਾਂ ਦਾ ਰੌਲਾ ਪਾਉਣਾ, ਖਿਲਾਰਾ ਪਾਉਣਾ, ਇਹ ਚੀਜ਼ਾਂ ਗਲਤ ਆ, ਠੀਕ ਹੈ। ਸੋ ਮੈਂ ਫਾਈਨਲੀ ਅਤੇ ਲਾਸਟ ਗੱਲ ਇਹੀ ਦੱਸਣ ਲੱਗਾ ਸਾਨੂੰ ਬਲੌਗਰਾਂ ਨੂੰ, ਜੇ ਹੈ ਨਾ ਤੁਸੀਂ ਇਹ ਗੰਦ ਪਾਇਆ ਆ, ਇਹਨੂੰ ਛੇਤੀ ਛੇਤੀ ਸਾਫ਼ ਕਰ ਦਿਓ, ਠੀਕ ਆ, ਜਿਹੜੇ ਨਵੇਂ ਆਏ ਸੀ। ਜੇ ਪੁਰਾਣੇ ਬੰਦਿਆਂ ਦੀ ਇਮੇਜ 'ਤੇ ਗੱਲ ਜਾਣ ਲੱਗੀ, ਤਾਂ ਅਸੀਂ ਇੱਦਾਂ ਦਾ ਤੁਹਾਨੂੰ ਨਾ ਮਤਲਬ ਬੋਲਾਂਗੇ, ਜਾਂ ਤੁਹਾਡੀ ਗੱਲ ਹੋਊਗੀ। ਜਿਹੜੇ ਨਵੇਂ ਉਹ ਸਮਝ ਗਏ ਆ, ਸਮਝੋ ਸਾਰੇ ਹੀ ਗਏ ਆ ਜਿਨ੍ਹਾਂ ਦੀ ਗੱਲ ਹੋਈ ਆ, ਬਟ ਮੈਨੂੰ ਵੀ ਪਤਾ ਆ ਜਿਹਨਾਂ ਜਿਨ੍ਹਾਂ ਦੀ ਵੀ ਗੱਲ ਹੋਈ ਆ, ਇੱਕ ਜਣੇ ਦੀ ਗੱਲ ਨਹੀਂ ਹੋਈ, ਬਹੁਤ ਜਣਿਆਂ ਦੀ ਗੱਲ ਹੋਈ ਜਿਹੜੇ ਨਵੇਂ ਆਏ ਸੀ, ਠੀਕ ਆ। ਅਤੇ ਇਹ ਸਾਫ਼ ਕਰ ਦਿਉ, ਜੇ ਬਣਾਉਣੇ ਆ ਚੰਗੀ ਤਰ੍ਹਾਂ ਨਾ, ਸਹਿ ਸੁਭਾਅ ਨਾਲ, ਘਰਦਿਆਂ ਨਾਲ ਕੋਈ ਚੰਗਾ ਸਾਈਨ ਦਿਉ, ਵੀ ਬੱਚਿਆਂ ਨੂੰ ਦਿਉ ਵੀ ਪੜ੍ਹੋ ਭਾਈ, ਆਪਣਾ ਜਿੰਮ ਜਾਓ, ਆਪਣੇ ਪਲੇਅਰ ਬਣੋ, ਸਪੋਰਟਸਮੈਨ ਬਣੋ, ਅਤੇ ਕੁਛ ਇੱਦਾਂ ਦਾ, ਨਾ ਕਿ ਆਸ਼ਕੀਆਂ ਕਰੋ, ਨਾ ਕਿ ਇੱਦਾਂ ਕਰੋ। ਵਿਆਹ ਹੋ ਜਾਣਾ, ਵਿਆਹ ਸਾਰਿਆਂ ਦਾ ਹੋ ਜਾਣਾ, ਜਿਹਨਾਂ ਨੂੰ ਤੁਸੀਂ ਸਿਖਾਉਂਦੇ ਪਏ ਨਾ, ਜਿਹੜੇ ਤੁਸੀਂ ਵੀ ਗੱਲ ਕਰਦੇ ਪਏ ਵੀ ਆਸ਼ਕੀਆਂ ਕਰਦੇ ਸੀ, ਸਾਡੀ ਹਜੇ ਕੁਛ ਨਹੀਂ ਹੋਈ ਸੀ, ਤਾਂ ਵੀ ਵਲੌਗ ਬਣਾਉਂਦੇ ਹਾਂ। ਇਹ ਪੈਸੇ ਕਮਾਉਣ ਦਾ ਕੰਮ ਹੋਰ ਬਹੁਤ ਤਰੀਕੇ ਆ, ਕਿਤੇ ਦਿਹਾੜੀ ਕਰ ਲਓ, ਕਿਤੇ ਕੁਛ ਕਰ ਲਓ, ਜੇ ਬਣਾਉਣੀ ਇਕੱਲੇ ਇਕੱਲੇ ਵੀਡੀਓ ਬਣਾ ਲਓ, ਇਹ ਨਹੀਂ ਰੌਲਾ ਰੱਪਾ ਚਾਹੀਦਾ ਵੀ ਹਾਂ ਇਕੱਠੇ ਬਣਾਉਣੇ ਪਏ ਆ। ਜਿਹਨਾਂ ਦੇ ਵਿਆਹ ਹੋਇਆ ਤੁਸੀਂ ਵੀ ਮਾੜੀ ਮੋਟੀ ਸ਼ਰਮ ਕਰੋ ਯਾਰ, ਥੋੜ੍ਹਾ ਵਿਆਹ ਕਰਾ ਕੇ ਤਾਂ ਸੁਧਰ ਜਾਓ, ਤੁਸੀਂ ਪਹਿਲਾਂ ਹੀ ਸੁਧਰੇ ਹੈਗੇ, ਵਿਆਹ ਕਰਾ ਕੇ ਤਾਂ ਮਾੜੀ ਮੋਟੀ ਟੈਨਸ਼ਨ ਲੈ ਲਓ ਵੀ ਤੁਹਾਡੀ ਉਹ ਘਰ ਵਾਲੀ ਆ, ਤੁਹਾਡੇ ਹੀ ਉਹ ਕਿਸੇ ਦੀ ਭੈਣ ਵੀ ਆ ਜਿਹਨੂੰ ਤੁਸੀਂ ਆਹ ਚੀਜ਼ਾਂ ਕਰਦੇ ਪਏ ਆ, ਇੱਕ ਵਿਊ ਲਈ ਯੂਜ਼ ਕਰਦੇ ਪਏ ਆ, ਇੱਥੇ ਜੀ ਆਹ ਹੋ ਜਾਂਦਾ, ਇੱਥੇ ਇਹਨੂੰ ਇੱਦਾਂ ਕੀ ਚੀਜ਼ਾਂ ਯਾਰ ਤੁਸੀਂ ਕਰਦੇ ਪਏ ਆ। ਇਸ ਕਰਕੇ ਤੁਹਾਨੂੰ ਕਹਿੰਦਾ, ਪੁਰਾਣੇ ਨਾਲੇ ਜਿਹੜੇ ਲੋਕ ਆ ਰਹੇ ਕਮੈਂਟਾਂ ਦੇ ਵਿੱਚ, ਕਾਫ਼ੀ ਆ ਰਹੇ ਅੱਜ ਕੱਲ੍ਹ ਨੈਗੇਟਿਵਿਟੀ ਇੰਨੀ ਕਿ ਕਾਫ਼ੀ ਕਮੈਂਟ ਆ ਰਹੇ ਆ, ਜੇ ਬੋਲਣਾ ਉੱਧਰ ਜਾ ਕੇ ਬੋਲੋ ਜਿਹੜੇ ਗਲਤ ਕਰਦੇ ਪਏ ਆ। ਸਿੱਧੀ ਜਿਹੜਾ ਬੰਦਾ ਸਹੀ ਵਲੌਗ ਬਣਾਉਂਦਾ ਉੱਤੇ ਬੋਲਣ ਦੀ ਲੋੜ ਨਹੀਂ ਸਾਨੂੰ, ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਠੀਕ ਆ। ਜਿਹੜੇ ਗੰਦ ਮੰਦ ਪਾਉਂਦੇ ਪਏ, ਪਤਾ ਨਹੀਂ ਤੁਹਾਤੋਂ ਲੋਕਾਂ ਤੋਂ ਉਹਨਾਂ ਨੂੰ ਬੋਲ ਨਹੀਂ ਹੁੰਦਾ, ਜਾਂ ਤੁਸੀਂ ਜਾ ਕੇ ਉਹਨਾਂ ਨੂੰ ਬੋਲਦੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਠੀਕ ਆ। ਮੈਨੂੰ ਆਹ ਨਾ 5-6 ਦਿਨ ਤੋਂ ਕਮੈਂਟ ਆਉਣ ਲੱਗੇ ਆ, ਪਹਿਲਾਂ ਨਹੀਂ ਕਮੈਂਟ ਆਇਆ, 5-6 ਦਿਨ ਤੋਂ ਆਉਣ ਲੱਗੇ। ਮੈਨੂੰ ਰੋਜ਼ ਟੈਨਸ਼ਨ ਹੁੰਦੀ ਮੈਂ ਕੁਛ ਬੋਲਾਂ ਬੋਲਾਂ ਬੋਲਾਂ, ਅੱਜ ਮੈਨੂੰ ਮਿਲਿਆ ਮਾੜਾ ਜਿਹਾ ਮੌਕਾ ਤਾਂ ਅੱਜ ਮੈਂ ਬੋਲਿਆ। ਆਲਰੇਡੀ ਮੈਂ ਤੁਹਾਨੂੰ ਗੱਲ ਦੱਸੀ ਨਾ, ਇਹ 2-3 ਦਿਨ ਪਹਿਲਾਂ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕਹੀ ਸੀ ਗੱਲ, ਠੀਕ ਆ, ਅਤੇ ਸਮਝਣ ਵਾਲੇ ਸਮਝ ਗਏ ਹੋਣੇ ਆ। ਅਤੇ ਇੱਕ ਗੱਲ ਮੈਂ ਹੋਰ ਇਸੇ ਵੀਡੀਓ ਦੇ ਵਿੱਚ ਕਰ ਦੇਵਾਂ, ਅਤੇ ਹੁਣ ਮੈਂ ਲਾਸਟ ਗੱਲ ਹੈ ਨਾ, ਇੱਕ ਆਪਣੇ ਪਿੰਡ ਵਾਲਿਆਂ ਨੂੰ, ਆਪਣੇ ਸ਼ਹਿਰ ਵਾਲਿਆਂ ਨੂੰ ਕਹਿਣ ਲੱਗਾ, ਮੈਂ ਗੱਲ ਇੱਥੇ ਪਤਾ ਗਾ 'ਤੇ ਕਹਿਣ ਲੱਗਾ, ਕਿਉਂਕਿ ਇਹ ਪਿੰਡ ਵਾਲੇ ਵੀ ਕਈ ਇੱਦਾਂ ਦੇ ਹੈਗੇ ਇਹਨਾਂ 'ਚ ਹਿੰਮਤ ਨਹੀਂ ਸਾਹਮਣੇ ਆ ਕੇ ਗੱਲ ਕਰਨ ਦੀ, ਮੇਰੇ ਸ਼ਹਿਰ 'ਚ ਵੀ ਕਈ ਬੰਦੇ ਇੱਦਾਂ ਦੇ ਹੈਗੇ ਹਿੰਮਤ ਨਹੀਂ ਹੈਗੀ ਸਾਹਮਣੇ ਆ ਕੇ ਗੱਲ ਕਰਨ ਦੀ। ਇਹ ਗੱਲਾਂ ਪਤਾ ਕਿੱਥੇ ਕਰਦੇ? ਪਿੱਠ ਪਿੱਛੇ, ਜਾਂ ਕਿਸੇ ਕੋਲ ਗੱਲ ਕਰਦੇ ਆ, ਜਾਂ ਕੋਈ ਫੋਨਾਂ 'ਤੇ ਗੱਲ ਕਰਦਾ। ਮੈਨੂੰ ਕੋਈ ਰੌਲਾ ਰੱਪਾ ਹੀ ਨਹੀਂ, ਤੁਹਾਨੂੰ ਮੈਂ ਇੱਕ ਗੱਲ ਦੱਸ ਦੂੰਗਾ, ਪਿੰਡ ਵਾਲੇ ਹੋ ਪਹਿਲਾਂ ਤਾਂ, ਜੇ ਕੋਈ ਸਾਲੀ ਦਿਲ 'ਚ ਗੱਲ ਆ, ਕਿਸੇ ਦੇ ਵੀ ਦਿਲ 'ਚ ਗੱਲ ਆ, ਪਿੰਡ 'ਚ ਰਹਿੰਦਾ 24 ਘੰਟੇ, ਘੁੰਮਦਾ, ਬਾਹਰ ਵੀ ਜਾਂਦਾ, ਕਿਤੇ ਵੀ ਜਾਂਦਾ, ਮੂੰਹ 'ਤੇ ਆ ਕੇ ਗੱਲ ਕਰੋ ਜਿਹਨੇ ਕਰਨੀ ਆ, ਠੀਕ ਆ। ਜਾਂ ਜੇ ਬਾਹਲੀ ਵੀ ਤਕਲੀਫ ਆ, ਘਰ ਵੀ ਆ ਸਕਦੇ ਆ, ਕੋਈ ਰੌਲਾ ਹੀ ਨਹੀਂ, ਘਰ ਵੀ ਖੁੱਲ੍ਹਾ ਆ, ਦਰਵਾਜ਼ੇ ਖੁੱਲ੍ਹੇ ਆ, ਆ ਕੇ ਬੈਠੋ। ਅਤੇ ਗੱਲਾਂ ਵੀ ਪਤਾ ਕਿਹੜੇ ਕਰਦੇ ਆ, ਜਿਹੜੇ ਆਪ ਡੱਖਾ ਤੋੜਨ ਵਾਲੇ ਵੀ ਨਹੀਂ ਆ, ਲੱਗੀ ਸਮਝ? ਉਹ ਸਮਝ ਗਏ ਜਿਹਨਾਂ ਨੂੰ ਹੁਣ ਪਿੰਡ 'ਚ ਵੀ ਕਹਿੰਦਾ ਪਿਆ, ਫੋਨ ਕਰਨੇ 100 ਵਾਰੀ ਕਰੋ ਜਿਹਨੂੰ ਕਰਨੇ ਆ, ਲੱਗੀ ਸਮਝ? ਜੋ ਕਰਨਾ ਉਹ ਕਰੋ, ਜਿਹਨੇ ਜੋ ਪਿੱਠ ਪਿੱਛੇ ਚੁਗਲੀ ਨਿੰਦਿਆ ਕਿਸੇ ਉਹ ਕਰਨੀ ਕਰੋ, ਪਰ ਜੇ ਹਿੰਮਤ ਹੁੰਦੀ ਫੇ ਕਰੋ। ਜਿੱਦਣ ਮੈਨੂੰ ਪਤਾ ਲੱਗ ਗਿਆ ਨਾ ਪੁੱਤ, ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਚਾਹੇ ਕੋਈ ਪਿੰਡ ਵਾਲਾ ਚਾਹੇ ਕੋਈ ਸ਼ਹਿਰ ਵਾਲਾ, ਆਪਣਾ ਨਾ ਸੋਚ ਸਮਝ ਕੇ ਰਹੋ, ਤੁਹਾਨੂੰ ਮੈਂ ਇੰਨੀ ਗੱਲ ਦੱਸ ਦਿੱਤੀ। ਅੱਜ ਤੁਸੀਂ ਗੱਲ ਕਰਦੇ ਆ ਕਿਉਂਕਿ ਤੁਹਾਡੇ 'ਚ ਨਾ ਦਮ ਹੈ ਨਹੀਂ, ਰੌਲਾ ਇਹ ਮੇਰੇ 'ਚ ਦਮ ਆ, ਮੈਂ ਇੱਕ ਠੋਕ ਕੇ ਕਹਿੰਦਾ ਵੀ ਘੁੰਮਦਾ ਤਾਂ ਵੀਡੀਓ ਵੀ ਬਣਾਉਣਾ, ਜੋ ਮਰਜ਼ੀ ਕਰਦਾ। ਅਤੇ ਇਹ ਰੌਲਾ ਪਤਾ ਕਾਹਦੇ ਪੈਂਦਾ ਹੁਣ ਤੁਹਾਨੂੰ ਮੈਂ ਦੱਸਦਾ। ਅੱਜ ਤੋਂ ਨਾ 2 ਸਾਲ ਪਹਿਲਾਂ ਮੈਂ ਵੀ ਬਹੁਤ ਵਧੀਆ ਸੀ, ਮੈਨੂੰ ਕੋਈ ਪਿੰਡ 'ਚ ਮਾੜਾ ਕਹਿੰਦੇ ਨਹੀਂ ਸੀ, ਕਹਿੰਦੇ ਹੁੰਦੇ ਹਰੇਕ ਦੇ ਪਿੰਡ 'ਚ ਲੱਗਦੇ ਹੁੰਦੇ, ਪਰ ਕਹਿੰਦਾ ਨਹੀਂ ਹੁੰਦਾ ਮਾੜਾ। ਵਿਆਹ ਵੀ ਹੋਇਆ ਟਿਕਟੋਕ ਦੇ ਵਿਆਹ, ਪਰ ਲੋਕਾਂ ਨੂੰ ਪਤਾ ਸੀ ਪਿੰਡ ਵਾਲਿਆਂ ਨੂੰ ਖਾਸ ਕਰ, ਵੀ ਭਾਈ ਕੋਈ ਨਹੀਂ ਤਾਂ ਕੀ ਚੱਲਦਾ ਚੱਲੀ ਜਾਣ ਤੋਂ। ਹੁਣ ਪਤਾ ਰੌਲਾ ਕੀ ਆ? ਸਭ ਤੋਂ ਪਹਿਲੀ ਗੱਲ, ਆ ਪਿਛਲੇ ਸਾਲ ਦੇ ਵਿੱਚ 3 ਚੀਜ਼ਾਂ ਲਈਆਂ ਮੈਂ, ਠੀਕ ਆ, ਮੈਂ ਡੈਡੀ ਦੀ ਸਪੋਰਟ ਨਾਲ ਲਈਆਂ, ਇਹ ਕੋਈ ਯੂਟਿਊਬ ਸਿਰ ਤੋਂ ਨਹੀਂ ਲਈਆਂ, ਕੋਈ ਕਿਸੇ ਸਿਰ ਤੋਂ ਨਹੀਂ ਲਈਆਂ, ਤੁਹਾਨੂੰ ਵੀ ਦੱਸ ਦੇਵਾਂ ਮੈਂ, ਠੀਕ ਆ। ਡੈਡੀ ਦੀ ਸਪੋਰਟ ਤੋਂ ਲਈਆਂ, ਲਿਮਿਟ ਚੱਕੀ, ਬੇਸ਼ੱਕ ਜਿੱਦਾਂ
ਜਿਹੜੇ ਤਾਂ ਮਿਡਲ ਫੈਮਿਲੀ ਸੀਗੀਆਂ ਜਿਨ੍ਹਾਂ ਦਾ ਮੇਰਾ ਪਿਆਰ ਆ ਆਲਮੋਸਟ ਮੇਰਾ ਅੱਧੇ ਤੋਂ ਜ਼ਿਆਦਾ ਪਿੰਡਾਂ ਦਾ ਪਿਆਰ ਵੀ ਆ ਬਹੁਤ ਵਧੀਆ ਯਾਰ ਅੱਧੇ ਤੋਂ ਜ਼ਿਆਦਾ ਪਿੰਡ ਇੱਦਾਂ ਦਾ ਜਿਹੜਾ ਲੱਗਦਾ ਆ ਪਰ ਉਹ ਅੱਧੇ ਤੋਂ ਜ਼ਿਆਦਾ ਪਿੰਡ 'ਚ ਇੰਨੀ ਹਿੰਮਤ ਨਹੀਂ ਵੀ ਉਹ ਰਲ ਮਿਲ ਕੇ ਮੈਨੂੰ ਰੋਕ ਲੈਣ ਠੀਕ ਆ ਹੁਣ 15-20 ਬੰਦੇ ਤਾਂ ਮੇਰੀ ਨਿਗਾਹ 'ਚ ਆ ਜਿਹੜੇ ਕੰਮ ਕਰਦੇ ਪਏ ਆ ਠੀਕ ਆ ਨੈਗੇਟਿਵਿਟੀ ਫੈਲਾਉਂਦੇ ਪਏ ਆ ਪਿੰਡ 'ਚ ਗੱਲਾਂ ਕਰਦੇ ਖੜ ਖੜ ਕੇ ਕਰਦੇ ਮੋੜਾਂ 'ਤੇ ਜੇ ਹਿੰਮਤ ਆ ਪੁੱਤ 15-20 ਜਣੇ ਆ ਜੋ ਇਕੱਲਾ ਖੜਾ ਆ ਜਿੱਥੇ ਮਰਜ਼ੀ ਸਿੱਧੀ ਸਮਝ ਲੱਗੀ ਕਈ ਸ਼ਹਿਰ 'ਚ ਵੀ ਹੈਗੇ ਆ ਸੋ ਸ਼ਹਿਰਾਂ ਵਾਲਿਆਂ ਨੂੰ ਮੈਂ ਦੱਸ ਦੇਵਾਂ ਉਹ ਹੁਣ ਮੈਨੂੰ ਪਤਾ ਨਹੀਂ ਕੌਣ ਆ ਕੀ ਚੱਕਰ ਆ ਸ਼ਹਿਰ 'ਚ ਵੀ ਰਹੇ ਹਾਂ ਤਾਂ ਇੱਦਾਂ ਰਹੇ ਸੀਗੇ ਪਰ ਵਾਲਾ ਕੋਈ ਬੋਲਣ ਵਾਲਾ ਨਹੀਂ ਸੀਗਾ ਹੁਣ ਥੋੜ੍ਹਾ ਟਾਈਮ ਹੋ ਗਿਆ ਸ਼ਹਿਰ ਤੋਂ ਮਾੜੇ ਦੂਰ ਹੋ ਗਏ ਆ ਨਾਲੇ ਪਿੱਠ ਪਿੱਛੇ ਬੋਲਣ ਵਾਲੇ ਮੂੰਹ 'ਤੇ ਕੋਈ ਨਹੀਂ ਬੋਲ ਸਕਦਾ ਠੀਕ ਹੈ ਅਤੇ ਤੀਜੀ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਮੇਨਲੀ ਇੱਕ ਰੋਸਟਰਾਂ ਵਾਲੀ ਗੱਲ ਕਰਦਾ ਮੈਂ ਲਾਸਟ 'ਚ ਗੱਲ ਕਰਨ ਲੱਗਾ ਹੁਣ ਵੀਡੀਓ ਜ਼ਿਆਦਾ ਵੱਡੀ ਹੋ ਗਈ ਨਹੀਂ ਕੋਈ ਨਹੀਂ ਫਿਰ ਕਿਸੇ ਦਿਨ ਵੀਡੀਓ ਬਣਾਵਾਂਗੇ ਮੈਨੂੰ ਪਤਾ ਵੀ ਇਹਦੇ 'ਚ ਮੈਂ ਬੋਲਿਆ ਤਾਂ ਬਹੁਤ ਕੁਛ ਹਾਂ ਪਰ ਜੇ ਤੁਹਾਨੂੰ ਵਧੀਆ ਲੱਗਿਆ ਜ਼ਰੂਰ ਕਮੈਂਟ ਕਰਿਓ ਹੈ ਜੇ ਹੁਣ ਮੈਂ ਰੋਸਟਰਾਂ ਦੀ ਗੱਲ ਕਰਾਂ ਪਹਿਲੀ ਗੱਲ ਤਾਂ ਨਾ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਦਾ ਹੁੰਦਾ ਤੁਹਾਨੂੰ ਮੈਂ ਗੱਲ ਦੱਸਾਂ ਕੋਈ ਵੀ ਨਾ ਸ਼ੋਅ ਹੋ ਕੇ ਨਹੀਂ ਕਿਸੇ ਨੂੰ ਮਾੜਾ ਬੋਲਦਾ ਹੁੰਦਾ ਨਾ ਕੋਈ ਨੂੰ ਕੋਈ ਸ਼ੌਂਕ ਹੁੰਦਾ ਕਿਸੇ ਨੂੰ ਮਾੜਾ ਬੋਲਣ ਦਾ ਜੇ ਕੋਈ ਉੱਠੂਗਾ ਨਾ ਜੇ ਹੁਣ ਮੈਨੂੰ ਕੋਈ ਚੀਜ਼ ਗਲਤ ਲੱਗਦੀ ਪਈ ਆ ਰੱਖ ਲਓ ਮੈਨੂੰ ਕੋਈ ਇੱਦਾਂ ਦੀ ਚੀਜ਼ ਲੱਗਦੀ ਪਈ ਵੀ ਮੇਰੀ ਨਿਗਾਹ ਸਾਹਮਣੇ ਉਹ ਗਲਤ ਹੁੰਦੀ ਮੈਂ ਜਾ ਕੇ ਉਹ ਗੱਲ 'ਚ ਫਸੂੰਗਾ ਚਾਹੇ ਮੈਨੂੰ ਪਤਾ ਹੋਵੇ ਮੇਰੀ ਜਾਨ ਵੀ ਜਾਣੀ ਜੋ ਮਰਜ਼ੀ ਹੋਣਾ ਮੈਂ ਉਹ ਗੱਲ 'ਚ ਫਸੂੰਗਾ ਵੀ ਭਾਈ ਇਹ ਗਲਤ ਆ ਇਹਨਾਂ ਆਪਣੇ ਗਲਤ ਸਾਈਨ ਮਿਲਦਾ ਪਿਆ ਠੀਕ ਆ ਮੈਂ ਇਹ ਗੱਲ ਨਾਲ ਇਹਦੀ ਸਹਿਮਤ ਹਾਂ ਰੋਸਟਰਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਮੈਨੂੰ ਕੋਈ ਰੌਲਾ ਨਹੀਂ ਹੁਣ ਕਾਫੀ ਬਲੌਗਰਾਂ ਦੇ ਮੈਨੂੰ ਮੈਸੇਜ ਆਊਗੇ ਭਾਈ ਤੂੰ ਉਹਨਾਂ ਨੂੰ ਐਂ ਕਹਿਤਾ ਬਈ ਜਿਹੜੀ ਗੱਲ ਸਹੀ ਆ ਉਹ ਸਹੀ ਆ ਠੀਕ ਆ ਜਦ ਤੱਕ ਅਸੀਂ ਪਿਛਲੇ 4 ਜਾਂ 5 ਜਾਂ 6 ਬਲੌਗਰ ਸਾਨੂੰ ਕਦੇ ਨਹੀਂ ਕੋਈ ਬੋਲਦਾ ਸੀ ਕਦੇ ਨਹੀਂ ਕੋਈ ਰੋਸਟਰ ਆਪਣੇ ਤੋਂ ਗਲਤੀ ਹੋਈ ਸੀ ਮੇਰੇ ਤੋਂ ਹੋਈ ਸੀ ਬਾਕੀਆਂ ਤੋਂ ਵੀ ਹੋਊਗੀ ਉਹ ਗਲਤੀਆਂ ਉਹਨੇ ਸੁਧਾਰ ਲਈਆਂ ਕੋਈ ਨਹੀਂ ਬੋਲਿਆ ਅਤੇ ਇਹ ਚੀਜ਼ਾਂ ਮਤਲਬ ਛੱਡੀਆਂ ਅਸੀਂ ਇਹ ਚੀਜ਼ਾਂ ਛੱਡੀਆਂ ਜਿਹੜੀ ਸਾਨੂੰ ਚੀਜ਼ ਗਲਤ ਨਹੀਂ ਦੱਸੀ ਉਹਨਾਂ ਨੂੰ ਲੱਗੀ ਉਹਨਾਂ ਦੀ ਨਿਹ ਦੇਖਣ ਵਾਲਿਆਂ 'ਚੋਂ ਉਹ ਇੱਦਾਂ ਨਹੀਂ ਕੋਈ ਰੋਸਟ ਉੱਟਰ ਉੱਠੇ ਹੋਵੇ ਪਹਿਲਾਂ ਅਸੀਂ ਰੋਸਟ ਕਰਦੀ ਹੈ ਜਾਂ ਕੋਈ ਰੌਲਾ ਸੀ ਐਂ ਜੰਮ ਦੇ ਰੋਸਟਰ ਸੀਗੇ ਉਹਨਾਂ ਨੂੰ ਇਹ ਚੀਜ਼ ਦੇਖਣ ਨੂੰ ਗਲਤ ਲੱਗੀ ਤਾਂ ਤੁਸੀਂ ਆਡੀਅੰਸ ਹੁਣ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਵੀ ਦੇਖਣ ਨੂੰ ਅੱਜ ਮੇਰੇ ਬੋਲਣ ਦਾ ਸਟਾਈਲ ਕਈਆਂ ਨੂੰ ਗਲਤ ਲੱਗਿਆ ਹੁਣ ਤੂੰ ਬੋਲਦਾ ਇੱਦਾਂ ਆ ਲੱਗਿਆ ਕਿ ਇਹਨਾਂ ਨੂੰ ਹੁਣ ਜਿਹੜੇ ਨਵੇਂ ਬਲੌਗਰ ਆ ਜਾਂ ਉਹਨਾਂ ਦੀ ਜਿਹੜੀ ਆ ਪਨੀਰੀ ਆ ਮਗਰ ਦੇਖਦੀ ਪਈ ਆ ਉਹਨਾਂ ਨੂੰ ਗਲਤ ਲੱਗਦੀ ਹੋਣੀ ਆ ਇਹ ਗੱਲ ਦੇ ਕਮੈਂਟ ਆਉਣੇ ਆ ਮੈਨੂੰ ਪਤਾ ਤੁਹਾਨੂੰ ਇਹ ਚੀਜ਼ ਗਲਤ ਲੱਗਣੀ ਤੁਸੀਂ ਮੈਨੂੰ ਬੋਲਣਾ ਵੀ ਆ ਬੋਲੋ ਕੋਈ ਰੌਲਾ ਹੀ ਨਹੀਂ ਠੀਕ ਆ ਉਹਨਾਂ ਨੂੰ ਇਹ ਚੀਜ਼ ਗਲਤ ਲੱਗੀ ਸੀ ਉਹਨੇ ਇਹ ਗੱਲ ਸ਼ੁਰੂ ਕਰ ਲਈ ਉਹ ਉਸ ਟਾਈਮ ਇਹ ਚੱਲਿਆ ਸੀ ਮੁੱਦਾ ਉਹਨਾਂ ਨੇ ਉਹ ਚੈਨਲ ਨਹੀਂ ਲੈ ਕੇ ਜਾਣੀ ਸੀ ਹਾਈਪ 'ਤੇ ਪਈ ਹਾਂ ਉਸ ਟਾਈਮ ਉਹਨਾਂ ਨੇ ਮੁੱਦਾ ਇਹ ਮਿਲਿਆ ਸੀ ਵੀ ਇਹ ਚੀਜ਼ ਗਲਤ ਆ ਪਾਈ ਇਹ ਛੱਡੋ ਉਸ ਟਾਈਮ ਠੀਕ ਸੀ ਕੋਈ ਮਾਹੌਲ ਇੱਦਾਂ ਦਾ ਸੀ ਗਾਲਾਂ ਵਾਲਾ ਕੋਈ ਰੌਲਾ ਹੀ ਨਹੀਂ ਸੀਗਾ ਅਤੇ ਉਹ ਹੁਣ ਕੀ ਮਾਹੌਲ ਆ ਹੁਣ ਜਿਨ੍ਹਾਂ ਨੂੰ ਪਤਾ ਨਾ ਇਹ ਚੀਜ਼ ਗਲਤ ਆ ਉਹ ਜਾਣ ਕੇ ਕਰਦੇ ਪਏ ਆ ਕੀ ਲੋੜ ਆ ਯਾਰ ਤੁਹਾਨੂੰ ਤੁਸੀਂ ਜੇ ਨਹੀਂ ਇੰਨੇ ਜੋਗੇ ਹੈਗੇ ਤੁਹਾਤੋਂ ਨਹੀਂ ਸੋਸ਼ਲ ਮੀਡੀਆ 'ਤੇ ਆ ਹੁੰਦਾ ਆਪਣੇ ਦਮ 'ਤੇ ਆਪਣੇ ਮਿਹਨਤ ਕਰਕੇ ਜੇ ਤੁਹਾਨੂੰ ਇੱਦਾਂ ਹੀ ਆ ਹੁੰਦਾ ਤੁਹਾਡੇ ਤੋਂ ਤੁਸੀਂ ਨਾਏ ਆ ਉਹ ਕਾਹਦੇ ਤੁਸੀਂ ਬਾਕੀਆਂ ਦੀ ਵੀ ਜ਼ਿੰਦਗੀ ਖਰਾਬ ਕਰਦੇ ਆ ਜਿਹੜੇ ਵਿਚਾਰੇ ਵਧੀਆ ਵੀਡੀਓ ਬਣਾਉਂਦੇ ਆ ਠੀਕ ਆ ਅਤੇ ਹੁਣ ਮੈਂ ਉਹਨਾਂ ਦੂਜੇ ਪੁਆਇੰਟ 'ਤੇ ਇਹ ਵੀ ਗੱਲ ਮੈਨੂੰ ਵਧੀਆ ਲੱਗੀ ਰੋਸਟਰਾਂ ਦੀ ਕਿ ਜੇ ਕਾਫੀ ਜਣੇ ਲੋਕ ਇੱਦਾਂ ਦੇ ਆ ਨਾ ਜੇ ਕਿਸੇ ਕੁੜੀ ਮੁੰਡੇ ਦੀ ਗੱਲ ਹੁੰਦੀ ਆ ਕਾਫੀ ਟਾਈਮ ਪਹਿਲਾਂ ਇਹ ਗੱਲ ਸੀਗੀ ਵੀ ਕੁੜੀਆਂ ਯੂਜ਼ ਕਰਦੇ ਆ ਮੁੰਡੇ ਜਾਂ ਕੁਛ ਵੀ ਇਹ ਗੱਲਾਂ ਹੁੰਦੀਆਂ ਆ ਇਹ ਹਰੇਕ ਦੇ ਕੋਲ ਹੁੰਦੀਆਂ ਹਰੇਕ ਕੁੜੀ ਦੇ ਮਨ 'ਚ ਵੀ ਹਰੇਕ ਮੁੰਡੇ ਦੇ ਗੱਲ 'ਚ ਵੀ ਹੁੰਦੀ ਆ ਮਨ 'ਚ ਸਾਨੂੰ ਕੁੜੀ ਐਂ ਕਰਦੀ ਹੈ ਜਾਂ ਮੁੰਡਾ ਐਂ ਕਰਦਾ ਅਤੇ ਅੱਜ ਕੱਲ੍ਹ ਪਤਾ ਕੀ ਚੀਜ਼ ਆ ਜੇ ਕਿਸੇ ਨਾਲ ਕੋਈ ਕੁੜੀ ਦੀ ਗੱਲ ਆ ਉਹ ਪਤਾ ਕੀ ਗੱਲਾਂ ਚੱਲਦੀਆਂ ਪਈਆਂ ਵੀ ਆਪਾਂ ਵਿਆਹ ਕਰਾਉਣਾ ਆਪਾਂ ਬਲੌਗ ਬਣਾਉਣੇ ਆ ਭਾਈ ਬਲੌਗ ਦਾ ਇਹ ਨਹੀਂ ਹੁੰਦਾ ਵੀ ਬਲੌਗ ਚੱਲਣੇ ਹੀ ਆ ਇਹ ਨਾ ਸੋਚਿਆ ਕਰੋ ਵੀ ਭਾਈ ਅਸੀਂ ਵਿਆਹ ਕਰਾ ਲਿਆ ਬਲੌਗ ਚੱਲ ਪਏ ਠੀਕ ਹੈ ਇਹ ਉਹ ਵਹਿਮ ਹੀ ਆ ਤੁਹਾਡਾ ਇਹ ਚੀਜ਼ਾਂ 'ਚ ਬਹੁਤ ਮਿਹਨਤ ਆ ਅਤੇ ਉਹਨਾਂ ਦੇ ਦਿਲ 'ਚ ਵੀ ਕੁਛ ਨਹੀਂ ਹੁੰਦੀ ਬੰਦੇ ਦੇ ਨਾ ਕੁੜੀ ਦੇ ਦਿਲ 'ਚ ਹੁੰਦਾ ਮੁੰਡੇ ਲਈ ਕੁਛ ਨਾ ਮੁੰਡੇ ਦੇ ਦਿਲ 'ਚ ਕੁੜੀ ਦੇ ਕੁਛ ਹੁੰਦਾ ਹੈ ਨਾ ਇਹ ਚੀਜ਼ ਨੂੰ ਤਾਂ ਵਿਆਹ ਕਰਾਉਂਦੇ ਵੀ ਇਨਕਮ ਪੈਸਾ ਆਊਗਾ ਇਹ ਕਰਾਂਗੇ ਉਹ ਕਰਾਂਗੇ ਉਹ ਬਲੌਗ ਪਾਊਗੇ ਰੱਬ ਕਰੋ ਚੱਲ ਵੀ ਪਏ 3 ਦਿਨ ਚੱਲ ਗਏ 4 ਦਿਨ ਚੱਲ ਗਏ ਮਹੀਨਾ ਚੱਲ ਗਿਆ ਮਹੀਨੇ ਬਾਅਦ ਜੇ ਬਲੌਗ ਸਾਡੇ ਨਾ ਚੱਲੇ ਫਿਰ ਤੁਸੀਂ ਕੀ ਕਰੋਗੇ ਫਿਰ ਛੱਡ ਦੋਗੇ ਛੱਡ ਛੱਡ ਜਿਹਾ ਕਰਾ ਦੋਗੇ ਫਿਰ ਤਲਾਕ ਡਿਵੋਰਸ ਹੋ ਗਿਆ ਬਸ ਆਹ ਚੀਜ਼ਾਂ ਇਹ ਕਿੰਨੀ ਕੁ ਤੁਹਾਡੀ ਚੰਗੀ ਗੱਲ ਆ ਜੇ ਤੁਸੀਂ ਰਿਸ਼ਤਾ ਜੋੜਨਾ ਨਾ ਇੱਕ ਦੂਜੇ ਨਾਲ ਤੁਹਾਨੂੰ ਅੱਜ ਵੀ ਮੈਂ ਦੱਸਣ ਲੱਗਾ ਕੋਈ ਵੀ ਆ ਬੇਸ਼ੱਕ ਪਹਿਲੀ ਗੱਲ ਤਾਂ ਮੈਂ ਨਹੀਂ ਕਹਿੰਦਾ ਵੀ ਲਵ ਮੈਰਿਜ ਕਰਾਓ ਨਾ ਜਾਂ ਕੁਛ ਵੀ ਆ ਕਰਾਓ ਕੋਈ ਚੱਕਰ ਨਹੀਂ ਪਰ ਕਰਾਓ ਤਾਂ ਸੱਚੀ ਨੀਤ ਨਾਲ ਕਰਾਓ ਇਹ ਸੋਚ ਕੇ ਨਾ ਕਰਾਓ ਵੀ ਇਨਕਮ ਆਉਣੀ ਆ ਵੀ ਅਸੀਂ ਯੂਟਿਊਬ ਚਲਾਵਾਂਗੇ ਬਲੌਗ ਬਣਾਵਾਂਗੇ ਤਾਂ ਪੈਸਾ ਆਊਗਾ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀ ਹਾਂ ਸਿੱਧੇ ਸੋਸ਼ਲ ਮੀਡੀਆ 'ਤੇ ਆ ਕੇ ਤਾਂ ਪੈਸਾ ਹੀ ਪੈਸਾ ਆ ਇਹ ਚੀਜ਼ ਬਹੁਤ ਔਖੀ ਹੈ ਪੈਸਾ ਪੈਸਾ ਕਹਿਣਾ ਸੌਖਾ ਪੈਸਾ ਕਮਾਉਣਾ ਬਹੁਤ ਔਖਾ ਅਤੇ ਇਹ ਵਿਆਹ ਜਿਹੜੇ ਹੁੰਦੇ ਆ ਨਾ ਇਹ ਕਾਹਤੇ ਹੁੰਦੇ ਹੁਣ ਤੁਹਾਨੂੰ ਮੈਂ ਦੱਸਦਾ ਇਹਨਾਂ ਨੂੰ ਪਤਾ ਕੀ ਲੱਗਦਾ ਪਹਿਲੀ ਗੱਲ ਤਾਂ ਜੇ ਮੁੰਡਾ ਵੀ ਕੋਈ ਉਹ ਆਪਣੇ ਵਾਈਫ ਨੂੰ ਯੂਜ਼ ਕਰਦੇ ਪਏ ਆ ਥੰਬਨੇਲਾ ਯੂਜ਼ ਕਰਦੇ ਪਏ ਆ ਤੁਸੀਂ ਕੀ ਕਰਦੇ ਪਏ ਆ ਤੁਸੀਂ ਕਰਨਾ ਕੁਛ ਦਿਖਾਓ ਵੀ ਬਲੌਗ 'ਚ ਅਸੀਂ ਹੁਣ ਜੇ ਸਾਡੀ ਗੱਲ ਕਰਦੇ ਸੀ ਨਾ ਪਹਿਲੇ ਦਿਨ ਜਿੱਦਣ ਆਏ ਸੀ ਉੱਦਾਂ ਤੋਂ ਡੇਲੀ ਬਲੌਗਿੰਗ ਸ਼ੁਰੂ ਕੀਤੀ ਆ ਨਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਸਪੋਰਟ ਪਿਆਰ ਆ ਇੰਨਾ ਕੁ ਜ਼ਿਆਦਾ ਮਿਲਿਆ ਹੱਦਾਂ ਹੀ ਛੱਡ ਦਿਓ ਗੱਲਾਂ ਹੀ ਛੱਡ ਦਿਓ ਮਤਲਬ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਪੂਰੇ ਠੀਕ ਰਹੇ
ਸਮਝ ਲੱਗੀ। ਇਹ ਨਹੀਂ ਜ਼ਰੂਰੀ ਕਿ ਬਲੌਗ ਬਣਾਏ ਪੈਸੇ ਆ ਗਏ, ਇਹ ਗੱਲ ਰੋਸਟਰਾਂ ਦੀ ਇਹ ਵਧੀਆ ਸੀ। ਜੇ ਗੱਲਾਂ ਉਹ ਕਰਦੇ ਆ ਤਾਂ ਵਧੀਆ, ਉਹਨਾਂ ਨੂੰ ਵੀ ਮੈਂ ਇੱਕ ਗੱਲ ਦਊਂਗਾ, ਸਲਾਹ ਦਊਂਗਾ, ਇਹ ਵੀਡੀਓ ਦੇ ਬਲੌਗ ਦੇ ਵਿੱਚੋਂ ਗੱਲਾਂ ਚੱਕੋ। ਜਿੱਦਾਂ ਵੀ ਪਲੀਜ਼ ਇਹ ਚੀਜ਼ ਮੰਨੋ ਵੀ ਜਿਹੜੇ ਬਲੌਗ ਗਲਤ ਬਣਦੇ ਪਏ ਆ ਉਹਨਾਂ ਨੂੰ ਰੋਸਟ ਕਰੋ, ਰੋਸਟ ਜਿੰਨਾ ਹੁੰਦਾ ਵੱਧ ਤੋਂ ਵੱਧ ਕਰੋ, ਮੈਂ ਸਪੋਰਟ ਕਰੂੰਗਾ, ਕਰੋ ਉਹਨਾਂ ਨੂੰ ਹਟਾਓ। ਜੇ ਤੁਸੀਂ ਹੈ ਨਾ ਤੁਹਾਡਾ ਇੱਕ ਮੋਟਿਵ ਆ ਵੀ ਬਲੌਗ ਅਸੀਂ ਬੰਦ ਕਰਨੇ, ਜਿਹੜੇ ਬਲੌਗ ਗਲਤ ਬਣਦੇ ਪਏ ਬੰਦ ਕਰਾਓ, ਮੈਂ ਕਹਿੰਦਾ ਮੈਂ ਤੁਹਾਡੇ ਨਾਲ ਹਾਂ, ਜਿੱਥੇ ਕਹੋਗੇ ਮੈਂ ਉੱਥੇ ਨਾਲ ਹਾਂ, ਠੀਕ ਆ। ਪਰ ਜੇ ਤੁਸੀਂ ਬਾਈ ਐਂ ਆ ਵੀ ਆਪਣੀ ਇਹ ਵੀ ਇੱਕ ਸਲਾਹ ਮੰਨਿਓ ਵੀ ਜੇ ਕੋਈ ਸਹੀ ਬਣਾਉਂਦਾ ਉਹਨੂੰ ਬੇਸ਼ੱਕ ਨਾ ਕਰੋ, ਠੀਕ ਆ। ਉਹ ਨਹੀਂ ਆਪਾਂ ਹੱਕ 'ਚ ਆ ਕਿ ਤੁਸੀਂ ਕਹੋਗੇ ਕੱਲ੍ਹ ਉਹ ਵੀ ਹੱਕ 'ਚ ਆ, ਤਾਂ ਉਹ ਨਹੀਂ। ਜਿਹੜਾ ਬੰਦਾ ਗਲਤ ਬਣਾਉਂਦਾ ਮੈਂ ਤੁਹਾਡੇ ਨਾਲ ਹਾਂ, ਜਿੱਥੇ ਕਹੋਗੇ ਉੱਥੇ ਖੜੂੰਗਾ, ਜਿੱਥੇ ਕਹੋਗੇ ਉੱਥੇ ਆਊਂਗਾ, ਕੋਈ ਰੌਲਾ ਹੀ ਨਹੀਂ, ਠੀਕ ਆ। ਅਤੇ ਜੇ ਮੈਂ ਕੱਲ੍ਹ ਬਲੌਗ ਗਲਤ ਬਣਾਉਣਾ, ਮੰਨ ਲਓ ਮੈਂ ਆਪਣੀ ਵਾਈਫ ਨੂੰ ਵਿੱਚ ਲੈ ਕੇ ਆਉਣਾ, ਤੁਹਾਨੂੰ ਮੈਂ ਆਪਣੀ ਵੀ ਸਟੋਰੀ ਦੱਸਦੀ ਵੀ ਮੇਰੀ ਵਾਈਫ ਆ ਨਾ ਮੈਨੂੰ ਪਤਾ ਵੀ ਮੈਨੂੰ ਹੈ ਨਾ ਜਾਨ ਤੋਂ ਜ਼ਿਆਦਾ ਪਿਆਰੀ ਆ, ਮੇਰੀ ਫੈਮਿਲੀ ਮੈਨੂੰ ਮੇਰੀ ਜਾਨ ਤੋਂ ਜ਼ਿਆਦਾ ਪਿਆਰੀ ਹੈ, ਕਿਉਂਕਿ ਮੈਂ ਡਰਦਾ ਤਾਂ ਸਿਰਫ ਘਰਦਿਆਂ ਤੋਂ ਡਰਦਾ, ਹੋਰ ਮੈਂ ਤੀਏ ਬੰਦੇ ਤੋਂ ਕਿਸੇ ਤੋਂ ਡਰਦਾ ਨਹੀਂ। ਲੱਗੀ ਸਮਝ? ਅਤੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਵੀ ਕਰੋ, ਜਿੱਦਣ ਮੈਂ ਗਲਤ ਕਰੂੰਗਾ ਰੋਸਟ ਵੀ ਮੈਨੂੰ ਇੱਦਾਂ ਕਰੋ, ਕੋਈ ਰੌਲਾ ਹੀ ਨਹੀਂ। ਜੋ ਮਰਜ਼ੀ ਤੁਹਾਡੇ ਦਿਲ 'ਚ ਆਉਂਦਾ ਬੋਲੋ, ਕੋਈ ਚੱਕਰ ਨਹੀਂ, ਮੈਨੂੰ ਅਕਲ ਆਊਗੀ ਵੀ ਹਾਂ ਮੈਂ ਗਲਤ ਕੀਤਾ ਅੱਜ ਤਾਂ ਮੈਨੂੰ ਬੋਲਿਆ, ਇਹ ਮੇਰੀ ਜਵਾਨ ਆ ਇੱਥੇ। ਪਰ ਜਿੱਦਣ ਮੈਂ ਗਲਤ ਕਰੂੰਗਾ, ਕੋਈ ਇੱਦਾਂ ਦੇ ਸ਼ੋਟ ਦਿਖਾ ਲੂੰਗਾ, ਜਨਾਨੀਆਂ ਦਿਖਾ ਲੂੰਗਾ ਜਾਂ ਫਿਰ ਗੱਲ ਕਰਿਓ। ਮੇਰੀ ਵੀਡੀਓ ਕੋਈ ਵੀ ਦੇਖ ਲਿਓ, ਪਹਿਲੀ ਗੱਲ ਤਾਂ ਜਿਹੜੇ ਕੰਮ ਗਲਤ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਆ ਵੀ ਕੀ ਗੱਲ ਬੋਲੀ ਆ। ਜੇ ਹੁਣ ਗੁੱਸਾ ਕਰਨਾ ਤਾਂ ਵੀ ਕਰ ਲਓ, ਜੇ ਨਹੀਂ ਕਰਨਾ ਤਾਂ ਵੀ ਨਹੀਂ ਫਰਕ ਪੈਂਦਾ, ਜੇ ਤੁਸੀਂ ਕਰ ਵੀ ਲਿਆ ਤਾਂ ਵੀ ਮੈਨੂੰ ਭੋਰਾ ਫਰਕ ਨਹੀਂ ਪੈਣਾ, ਤੁਹਾਨੂੰ ਵੀ ਦੱਸ ਦਿੰਦਾ ਮੈਂ, ਕਿਉਂਕਿ ਮੈਂ ਇੱਦਾਂ ਦਾ ਕੋਈ ਚੱਕਰੇ ਨਹੀਂ ਹੈਗਾ, ਤੁਹਾਨੂੰ ਮੈਂ ਵੀ ਦੱਸਿਆ ਆ। ਅਤੇ ਬਸ ਇੰਨੀ ਕੁ ਗੱਲ ਸੀ ਅੱਜ ਦੀ ਵੀਡੀਓ 'ਚ, ਮੈਂ ਫੇਰ ਵੀਡੀਓ ਬਣਾਊਂਗਾ। ਜੇ ਹੁਣ ਕੋਈ ਕਿਸੇ ਨੂੰ ਦੁੱਖ ਤਕਲੀਫ, ਕਿਸੇ ਨੂੰ ਪਨੀਰੀ ਨੂੰ ਹੋਇਆ ਦੁੱਖ ਤਕਲੀਫ, ਉਹ ਜ਼ਰੂਰ ਦੱਸਿਓ, ਠੀਕ ਆ। ਅਤੇ ਮੈਂ ਫੇਰ ਵੀਡੀਓ ਬਣਾਊਂਗਾ ਜਲਦੀ। ਅਤੇ ਬਸ ਆ ਜਿਹੜੇ ਨਾ ਪੁੱਠੇ ਸਿੱਧੇ ਕੰਮ ਕਰਦੇ ਪਏ, ਤੁਸੀਂ ਗੰਦ ਪਾਇਆ ਇਹ ਛੱਡ ਦਿਉ, ਇਹਨਾਂ ਬਾਕੀਆਂ ਦੀ ਜਿਹੜੀ ਇਮੇਜ ਖਰਾਬ ਹੁੰਦੀ ਪਈ ਆ, ਤੁਹਾਨੂੰ ਇਹ ਦੱਸ ਦਿੰਦਾ ਮੈਂ। ਬਾਕੀ ਬਲੌਗਰਾਂ ਦੀ ਇਮੇਜ ਤਾਂ ਖਰਾਬ ਹੁੰਦੀ ਆ, ਪੰਜਾਬ ਦੀ ਇਮੇਜ ਵੀ ਖਰਾਬ ਹੁੰਦੀ ਆ। ਇਹ ਨਾ ਸੋਚਿਆ ਕਰੋ ਵੀਡੀਓ ਸਾਡੀ ਪੰਜਾਬ 'ਚ ਰਹਿੰਦੀ, ਬਾਹਰ ਵੀ ਜਾਂਦੀ, ਕੋਈ ਫੈਮਿਲੀ 'ਚ ਬਹਿ ਕੇ ਵੀ ਦੇਖਦਾ ਆ, ਠੀਕ ਆ। ਅਤੇ ਤੀਸਰੀ ਗੱਲ, ਬੱਚਿਆਂ ਦੀ ਜ਼ਿਆਦਾ ਖਰਾਬ ਹੁੰਦੀ ਆ, ਕਿਉਂਕਿ ਨਿਆਣ ਮੱਤ ਦਾ ਟਾਈਮ ਪਤਾ ਕਿਹੜਾ ਹੁੰਦਾ, ਵੀ ਦੱਸਦਾ 16 ਤੋਂ ਲੈ ਕੇ ਜਿਹੜਾ 20 ਸਾਲ ਤੱਕ ਦਾ ਉਹੀ ਲੋਕ, ਉਹੀ ਨਿਆਣੇ ਤੁਹਾਡੇ ਬਲੌਗ ਜ਼ਿਆਦਾ ਦੇਖਦੇ ਪਏ ਇਸ ਟਾਈਮ, ਜਿਹੜੇ ਆਹ ਕੁਵਾਰੇ ਕੁਵਰੇ ਜਿਹਾ ਬਲੌਗ ਬਣਾਉਂਦੇ ਆ, ਜਾਂ ਵਿਆਹ ਹੋਏ ਵੀ ਜਿਹੜੇ ਆਹ ਕੰਮ ਕਰਦੇ ਥੰਬਨੇਲ ਲਾਉਂਦੇ ਆ, ਪੁੱਠਾ ਸਿੱਧਾ ਆਪਣੇ ਘਰ ਵਾਲੀ ਨੂੰ ਬਲੌਗਾਂ 'ਚ ਬੋਲਦੇ ਆ ਜਾਂ ਇੱਦਾਂ ਉੱਦਾਂ ਆ, ਫਨ ਹੁੰਦਾ। ਜਸਟ ਬਲੌਗ ਦਾ ਮਤਲਬ ਹੈਗਾ ਫਨ, ਇੰਟਰਟੇਨਮੈਂਟ, ਨੌਲੇਜ ਵੀ। ਨੌਲੇਜ ਤਾਂ ਚਲੋ ਆਪਣੀ ਵੀਡੀਓ 'ਚ ਵੀ ਉੱਨੀ ਕੁ ਹੁੰਦੀ, ਮੈਨੂੰ ਜਿੰਨਾ ਕੁ ਪਤਾ ਮੈਂ ਉੱਨਾ ਕੁ ਦੱਸ ਸਕਦਾ, ਕਿਉਂਕਿ ਮੈਂ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਮੈਂ ਕਿਤਾਬ ਪੜ੍ਹ ਲਈ ਮਿੰਟ 'ਚ ਨੌਲੇਜ ਆ ਗਈ ਮੇਰੇ ਦਿਮਾਗ 'ਚ, ਠੀਕ ਹੈ। ਐਂ ਨਹੀਂ, ਜਿੰਨੀ ਕੁ ਨੌਲੇਜ ਸੀ ਅੱਜ ਤੱਕ ਉਹ ਵੀ ਸ਼ੇਅਰ ਕੀਤੀ, ਜਿੰਨੀ ਕੁ ਚੀਜ਼ ਦਿਖਾ ਸਕੇ ਉਹ ਵੀ ਦਿਖਾਈ ਆ, ਜਿੰਨੀ ਕੁ ਅੱਜ ਤੱਕ ਤੁਹਾਨੂੰ ਪਲੇਸ ਦਿਖਾ ਸਕੀ ਵੀ ਇੱਥੋਂ ਇੱਥੋਂ ਬਚ ਵੀ ਸਕਦੇ, ਆਹ ਚੀਜ਼ ਆ, ਟਰੈਵਲ ਵੀ ਕੀਤਾ ਉਹ ਵੀ ਦਿਖਾਈ ਆ, ਠੀਕ ਆ। ਜੇ ਕਰਨਾ ਤਾਂ ਮਿਹਨਤ ਕਰੋ, ਨਾ ਕਿ ਆਹ ਕੋਈ ਵੀ ਹੁਣ ਮੇਰੇ ਮੂੰਹ 'ਚ ਇੱਦਾਂ ਦੀ ਗੱਲ ਨਿਕਲੂਗੀ, ਕੋਈ ਵੀ ਇੱਦਾਂ ਦਾ ਪੁੱਠਾ ਸਿੱਧਾ ਕੰਮ ਕਰਕੇ ਨਾ ਪਾਓ ਵੀਡੀਓ, ਕਹਿਣ ਦੀ ਗੱਲ ਆ। ਜੇ ਪਾਉਣਾ ਚੰਗੀ ਤਰ੍ਹਾਂ ਪਾਓ, ਨਹੀਂ ਤਾਂ ਫਿਰ ਬੰਦ ਕਰਕੇ ਡੰਡੀ ਪਾਓ ਇੱਥੋਂ, ਸਮਝ ਲੱਗੀ। ਇਹ ਪਲੇਟਫਾਰਮ ਜਿਹੜਾ ਸੀਗਾ ਇਹ ਪੁਰਾਣੇ ਬਲੌਗਰਾਂ ਦਾ ਸੀਗਾ, ਜਿਹੜੇ ਇਹ ਚੀਜ਼ ਨੂੰ ਜਿਨ੍ਹਾਂ ਨੇ ਸ਼ੁਰੂ ਵੀ ਕੀਤਾ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹ ਚੀਜ਼ ਹੈਗੀ ਆ, ਠੀਕ ਹੈ। ਉਹ ਤੋਂ ਸਭ ਤੋਂ ਵੱਡੀ ਗਲਤੀ ਸਾਡੀ ਆ ਪੁਰਾਣੇ ਬਲੌਗਰਾਂ ਦੀ, ਜਿਹੜੇ ਅੱਜ ਕੱਲ੍ਹ ਨਾ ਟੁੱਟੇ ਪਏ ਆ ਆਪਾਂ ਇੱਕ ਦੂਜੇ ਤੋਂ। ਨਾਲੇ ਦੂਸਰੀ ਗੱਲ, ਜਿਨ੍ਹਾਂ ਨੇ ਬਲੌਗਾਂ 'ਚ ਦੱਸਿਆ ਇਨਕਮ ਹੁੰਦੀ ਆ ਜੀ ਇੱਥੋਂ, ਇਹ ਹੁੰਦਾ, ਇਹ ਜਣੇ ਖਾਣੇ ਦੇ ਦਿਮਾਗ ਜਦੋਂ ਇਹ ਗੱਲ ਜਾਂਦੀ ਨਾ ਇਨਕਮ ਹੁੰਦੀ ਆ, ਤਾਂ ਜਿਹੜਾ ਕਪਲ ਹਜੇ ਬਣਿਆ ਵੀ ਨਹੀਂ ਉਹਦੇ ਵੀ ਦਿਮਾਗ 'ਚ ਆਉਂਦੀ ਕਮਾਓ ਪੈਸਾ। ਕਿਸੇ ਨੂੰ ਆਪਣੀ ਲਾਈਫ ਦੀ ਪਰਵਾਹ ਨਹੀਂ, ਕਿਸੇ ਨੂੰ ਵੀ, ਕਿਸੇ ਨੂੰ ਇਹ ਨਹੀਂ ਪਤਾ ਵੀ ਕੱਲ੍ਹ ਨੂੰ ਮੈਂ ਕੀ ਕਰੂੰਗਾ, ਜੇ ਕੱਲ੍ਹ ਨੂੰ ਆਹ ਚੀਜ਼ ਬੰਦ ਹੋ ਗਈ। ਪਹਿਲਾਂ ਟਿਕਟੋਕ ਬੰਦ ਹੋ ਗਈ, ਯੂਟਿਊਬ ਬੰਦ ਹੋ ਗਿਆ, ਜਿਹੜੇ ਅੱਜ ਆਏ ਆ, ਇਹਨਾਂ ਦਾ ਜੇ ਵਿਆਹ ਨਹੀਂ ਹੋਇਆ, ਠੀਕ ਹੈ। ਜਿਹਨਾਂ ਦਾ ਵਿਆਹ ਵੀ ਹੋਇਆ, ਜਿਹਨਾਂ ਨੇ ਵਿਆਹ ਇਹ ਕੰਮ ਨੂੰ ਕਰਾਇਆ ਆ, ਠੀਕ। ਆਪਣੇ ਤਾਂ ਆਪਾਂ ਤਾਂ ਪਤਾ ਹੀ ਨਹੀਂ ਸੀ, ਆਪਾਂ ਤਾਂ ਨਾਲੇ ਵਿਆਹ ਤੋਂ ਵੀ ਯਾਰ ਕਈ ਮਤਲਬ 1.5-2 ਸਾਲ ਬਾਅਦ ਬਲੌਗ ਬਲੂਗ ਜਿਹਾ ਬਣਾਉਣੇ ਸ਼ੁਰੂ ਕੀਤੇ ਆ, ਮੈਨੂੰ ਜੇ ਪਤਾ ਹੁੰਦਾ ਪਹਿਲੇ ਦਿਨ ਬਲੌਗ ਸ਼ੁਰੂ ਕਰ ਲੈਂਦਾ, ਠੀਕ ਹੈ। ਕਿਉਂਕਿ ਯੂਟਿਊਬ ਹੁਣ ਤਾਂ ਨਹੀਂ ਚੱਲਦਾ, ਯੂਟਿਊਬ ਬਹੁਤ ਪੁਰਾਣਾ ਚੱਲਦਾ ਇਹ ਚੀਜ਼ਾਂ 'ਤੇ। ਅਤੇ ਜਦੋਂ ਕੁ ਸੋਚ ਸਮਝ ਹੋਈ ਉਦੋਂ ਕੇ ਆਏ ਹਾਂ, ਅਤੇ ਜਿਹੜੇ ਹੁਣ ਇਹ ਸੋਚਦੇ ਪਏ ਨਾ ਇਹ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਪਈ, ਨਾ ਕਿ ਬਣਦੀ ਪਈ, ਜਿੱਦਣ ਇਹ ਬਲੌਗ ਬੰਦ ਹੋ ਗਏ, ਕੁੜੀ ਉਹ ਤੁਸੀਂ ਸੁਣ ਲਓ, ਖਾਸ ਕਰਕੇ ਜਿਹੜੀਆਂ ਬਲੌਗ ਦੇ ਵਿੱਚ ਕਹਿੰਦੀਆਂ ਇੱਦਾਂ ਉੱਦਾਂ ਨਾ ਜਾਂ ਕੁਛ ਵੀ ਬੋਲਦੀਆਂ ਆ, ਇਹ ਜਿੱਦਣ ਖਰਾਬ ਹੋਣਾ ਤੁਹਾਡਾ ਹੀ ਹੋਣਾ, ਮੁੰਡੇ ਦਾ ਨਹੀਂ ਕੁਝ ਜਾਂਦਾ ਹੁੰਦਾ, ਤੁਹਾਨੂੰ ਵੀ ਦੱਸ ਦਿੰਦਾ ਮੈਂ, ਜਾਂਦਾ ਤਾਂ ਕੁੜੀ ਦਾ ਜਾਂਦਾ ਹੁੰਦਾ। ਉਹਨਾਂ ਦਾ ਸੋਚੋ ਜਿਹੜੇ ਮਿਹਨਤ ਕਰਕੇ ਇੱਥੇ ਗਏ ਆ, ਤੁਸੀਂ ਇਹ ਚੀਜ਼ਾਂ ਨਾ ਸੋਚੋ। ਅਤੇ ਜਿਹੜੀਆਂ ਮੁੰਡੇ ਕਰਦੇ ਪਏ, ਤੁਸੀਂ ਵੀ ਭਾਈ ਮਾੜਾ ਜਿਹਾ ਧਿਆਨ ਨਾ, ਠੀਕ। ਅਤੇ ਇੱਕ ਤੁਸੀਂ ਜਿਹੜਾ ਲਾਸਟ ਗੱਲ ਆ, ਜਿਹੜਾ ਤੁਸੀਂ ਸ਼ੋਰਟਕੱਟ ਜਿਹਾ ਮਾਰਦੇ ਪਏ ਨਾ ਵਿੱਚੋਂ ਵਿੱਚੋਂ, ਤੁਸੀਂ ਕਹਿੰਦੇ ਵੀ ਮਿੰਟਾਂ 'ਚ ਜੀ ਫੋਲੋਵਰ ਸਬਸਕ੍ਰਾਈਬਰ ਵੱਧ ਜਾਣੇ, ਗਲਤ ਵੀਡੀਓ ਪਾਵਾਂਗੇ, ਐਂ ਕਰਾਂਗੇ, ਉਹ ਕਰਾਂਗੇ, ਇਹ ਵੱਧ ਜਾਣੇ ਆ, ਕੱਲ੍ਹ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਕਿਸੇ ਜਾ ਕੇ। ਆਪਾਂ ਜਾਈਦਾ ਅੱਜ ਵੀ ਕਹਿੰਦੇ ਹਿੱਕ ਠੋਕ ਕੇ ਜਾਈਦਾ, ਜਿੱਥੇ ਜਾਈਦਾ ਕੋਈ ਆ ਕੇ ਮੂੰਹ 'ਤੇ ਨਹੀਂ ਕਹਿ ਸਕਦਾ, ਠੀਕ ਹੈ, ਵੀ ਤੁਸੀਂ ਇੱਦਾਂ ਉੱਦਾਂ, ਤੁਹਾਡੇ ਜਣੇ ਖਣੇ ਦੇ ਮੂੰਹ 'ਤੇ ਕਹਿਣਾ।
ਠੀਕ ਹੈ। ਅਤੇ ਬਾਕੀ ਜੇ ਕਿਸੇ ਹੋਰ ਨੂੰ ਗਲਤ ਲੱਗੀ ਵੀਡੀਓ ਤਾਂ ਮਾਫ਼ ਕਰਿਓ ਭਾਈ, ਠੀਕ ਆ। ਜਿੰਨਾ ਕੁ ਮਨ 'ਚ ਦਿਲ 'ਚ ਪੜ੍ਹਾ ਸੀਗੀ ਥੋੜ੍ਹੀ ਜਿਹੀ ਕੱਢ ਲਈ, ਥੋੜ੍ਹੀ ਜਿਹੀ ਫੇਕ ਤਾਂ ਕੱਢ ਲਵਾਂਗੇ। ਅਤੇ ਬਾਕੀ ਹੁਣ ਤੁਹਾਨੂੰ ਮਿਲਦੇ ਹਾਂ ਆਪਾਂ ਕਿਸੇ ਅਗਲੀ ਵੀਡੀਓ 'ਚ। ਬਾਏ ਬਾਏ, ਟਾਟਾ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ। ਚੰਗਾ ਜੀ।